ਅੱਜ ਆਪਣੀ ਰਿਆਸ਼ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਮਐਲਏ ਦੇ ਨਾਲ ਮੀਟਿੰਗ ਕੀਤੀ ਉਹਨਾਂ ਨੇ 31 ਮਾਰਚ ਨੂੰ ਸੱਦਾ ਦਿੱਤਾ ਹੈ ਵਿਪਖਸ਼ ਪਾਰਟੀਆਂ ਨੂੰ ਮਹਾਰੈਲੀ ਹੋਣ ਜਾ ਰਹੀ ਹੈ ਕਿਵੇਂ ਇੱਕ ਮੁੱਖ ਮੰਤਰੀ ਜੇਲ੍ਹ ਚ ਬੈਠ ਕੇ ਕਿਵੇਂ ਸਰਕਾਰ ਚਲਾ ਸਕਦਾ ਜੇ ਅਰਵਿੰਦ ਕੇਜਰੀਵਾਲ ਸਾਹਿਬ ਆਮਾਦੀ ਪਾਰਟੀ ਨੇ ਇਹ ਜਿੱਦ ਰੱਖੀ ਜੇਲ੍ਹ ਚ ਬੈਠ ਕੇ ਸਰਕਾਰ ਚਲਾਵਾਂਗਾ ਮੈਂ ਜੇਲ੍ਹ ਚ ਰਹਿ ਕੇ ਮੁੱਖ ਮੰਤਰੀ ਦੀ ਕੁਰਸੀ ਸੰਭਾਲ ਪਾਵਾਂਗਾ ਕਹ ਸਕਦਾ ਕਿ ਉੱਥੇ ਫਿਰ ਗਵਰਨਰ ਰੂਲ ਵੀ ਲੱਗ ਜਾਏ ਰਾਸ਼ਟਰਪਤੀ ਰਾਜ ਵੀ ਲੱਗ ਸਕਦਾ ਹੈ ਕਿ ਤੁਸੀਂ ਜੇਲ੍ਹ ਚ ਬੈਠ ਕੇ ਕਿਵੇਂ ਇੱਕ ਤੁਸੀਂ ਨਵਾਂ ਇੱਕ ਐਗਜ਼ਾਮਪਲ ਸੈੱਟ ਕਰ ਰਹੇ ਹੋ ਉਹਦੇ ਨਾਲ ਆਮ ਆਦੀ ਪਾਰਟੀ ਹੋਰ ਵਿਪਤਾ ਦੇ ਵਿੱਚ ਪਏਗੀ ਜ਼ਿੰਮੇਵਾਰੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਹੈ ਦਿੱਲੀ ਆਮ ਆਦੀ ਪਾਰਟੀ ਨੂੰ ਇਕੱਠੇ ਕਰਨਾ ਪੰਜਾਬ ਤੋਂ ਲੋਕਾਂ ਨੂੰ ਲੈ ਕੇ ਜਾਣਾ ਉੱਥੇ ਭੀੜ ਲੈ ਕੇ ਜਾਣਾ ਉੱਥੇ ਸ਼ਕਤੀ ਪ੍ਰਦਰਸ਼ਨ ਕਰਨਾ ਉੱਥੇ ਸੈਂਟਰ ਸਰਕਾਰ ਦੇ ਖਿਲਾਫ ਬਿਗਲ ਬੁਝਾਉਣਾ ਉਸਦਾ ਕਿ ਹਰ ਐਮ.ਐਲ.ਏ ਨੂੰ ਕਹਿ ਦਿੱਤਾ ਹੋਵੇ ਕਿ ਆਪਣੇ ਆਪਣੇ ਹਲਕੇ ਚੋਂ ਤੁਸੀਂ 5-5000 ਬੰਦਾ ਲੈ ਕੇ ਜਾਓ। ਹੋ ਸਕਦਾ ਕਿ ਮੰਤਰੀਆਂ ਨੂੰ ਜਾਦਾ ਕਹਿ ਦਿੱਤਾ ਹੋਵੇ ਗੱਡੀਆਂ ਦੇ ਪ੍ਰਬੰਧ ਕਰਨੇ ਪੈਣਗੇ, ਬੰਦਿਆਂ ਦੇ ਪ੍ਰਬੰਧ ਕਰਨੇ ਪੈਣਗੇ। ਮਾ ਰੈਲੀ ਇਹਨਾਂ ਨੇ ਜਿਹੜਾ ਨਾਮ ਦਿੱਤਾ ਹੈਗਾ ਉਹਦੀ ਜਿੰਨੀ ਜਿਹੜੀ ਵਾਅਦਾ ਹੋਰ ਆ ਉਹ ਸਾਰੀ ਸਾਰੀ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੀ ਰਹੇਗੀ। ਜਿਹੜਾ 338 ਕਰੋੜ ਰੁਪਏ ਦਾ ਲਾਂਨ ਦੇਣਾ ਉਹ ਜਿਹੜਾ ਦੱਖਣ ਭਾਰਤ ਦੇ ਲੋਕਾਂ ਨੂੰ ਫਾਇਦੇ ਪਹਚਾਏਗੇ ਨੇ ਉਹਦੇ ਚ ਇਹਨਾਂ ਨੇ ਕਰੋੜਾਂ ਰੁਪਏ ਦੇ ਫੰਡ ਲਏ ਹੈਗੇ। ਉਦੇ ਚ ਇਹ ਹੈ ਕਿ ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਇੱਕ ਕੰਪਨੀ ਬਣਾਇਆ ਤੇ ਕੰਪਨੀ ਦੇ ਡਾਇਰੈਕਟਰ ਦੇ ਤੌਰ ਤੇ ਅਰਵਿੰਦ ਕੇਜਰੀਵਾਲ ਦੇ ਪਰਚਾ ਦਰਜ ਹੋਇਆ ਕਿਉਂਕਿ ਪਾਰਟੀ ਦਾ ਲੈਣ ਦੇਣ ਹੋਇਆ ਨਾ ਇਸ ਕਰਕੇ ਇੱਕ ਕੰਪਨੀ ਕੰਪਨੀ ਨੂੰ ਬਣਾ ਦਿੱਤਾ ਆਮ ਆਦਮੀ ਪਾਰਟੀ ਅਤੇ ਡਾਇਰੈਕਟਰ ਬਣਾ ਦਿੱਤਾ ਅਰਵਿੰਦ ਕੇਜਰੀਵਾਲ ਜਿਹੜੇ ਮੁੱਖ ਮੰਤਰੀ ਨੇ ਤੇ ਅੱਜ ਵੀ ਕਹਿੰਦੇ ਨੇ ਕਿ ਅਸੀਂ ਇਮਾਨਦਾਰ ਅਸੀਂ ਕੱਟਣ ਮਾਦਰਾ ਚ ਲੱਗਦਾ ਕਿ ਗੜਬੜੀਆਂ ਹੋਈਆਂ ਤੁਸੀਂ ਇਮਾਨਦਾਰੀ ਦੇ ਨਾਲ ਕੰਮ ਨਹੀਂ ਕੀਤਾ ਤੁਸੀਂ ਬੇਈਮਾਨ ਦੇ ਤੌਰ ਤੇ ਕੰਮ ਕੀਤਾ ਹੈ ਇਸੇ ਕਰਕੇ ਜਮਾਨਤਨ ਮਿਲੀ ਨੇ ਤੇ ਜੇ ਕੇ ਕੇਸਾਂ ਦੇ ਪ੍ਰਿਸ਼ਟਾਚਾਰ ਦੇ ਕੇਸਾਂ ਚ ਤੇ ਸ਼ਰ ਜਮਾਨਤਾ ਮਿਲ ਜਾਂਦੇ ਆ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਸਿੰਘ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੁੰਦੀ ਹੈ ਅੱਜ ਆਪਣੀ ਰਿਆਸ਼ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਮ ਐਲ ਏ ਦੇ ਨਾਲ ਮੀਟਿੰਗ ਕੀਤੀ ਉਹਨਾਂ ਨੇ 31 ਮਾਰਚ ਨੂੰ ਸੱਦਾ ਦਿੱਤਾ ਹੈ ਵਿਪਖਸ਼ ਪਾਰਟੀਆਂ ਨੂੰ ਮਹਾਰੈਲੀ ਹੋਣ ਜਾ ਰਹੀ ਹੈ ਜਿਹੜਾ ਸਰਕਾਰ ਨੇ ਕੇਂਦਰ ਸਰਕਾਰ ਨੇ ਧੱਕਾ ਕੀਤਾ ਉਹਨਾਂ ਦੇ ਖਿਲਾਫ ਇਹ ਪ੍ਰਦਰਸ਼ਨ ਹੋਏਗਾ ਇਹ ਕਹਿਣਾ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਲ ਹੀ ਗੱਲ ਕਰਾਂਗੇ ਸੰਗਰੂਰ ਦੇ ਵਿੱਚ 22 ਦੇ ਕਰੀਬ ਮੋਤਾ ਹੋ ਗਈਆਂ ਨੇ ਹੁਣ ਅੱਜ ਡੀਆਈਜੀ ਐਚਐਸ ਪੁੱਲਰ ਤੇ ਉਧਰ ਦੇ ਡੀਸੀ ਸੰਗਰੂਰ ਦੇ ਡੀਸੀ ਨੇ ਇੱਕ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਨੂੰ ਵੀ ਸਿੰਪਟਮ ਹੈ ਜਿਨ੍ਹਾਂ ਨੂੰ ਵੀ ਕੋਈ ਦਿੱਕਤ ਆਂਦੀ ਏ ਸਾਡੇ ਨਾਲ ਸੰਪਰਕ ਕਰੋ ਹੋਰ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਕੀ ਗੱਲ ਹੋਈ ਦੋਨੋਂ ਮੁੱਦੇ ਤੇ ਲੈ ਕੇ ਮੇਰੇ ਨਾਲ ਜੁੜੇ ਨੇ ਮੇਰੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਪੁੱਲਰ ਪੁੱਲਰ ਸਾਹਿਬ ਜਿਹੜੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਇੱਕ ਮੀਟਿੰਗ ਕੀਤੀ ਐ ਐਮਐਲਏ ਦੇ ਨਾਲ ਇਹਦੀ ਜਿਹੜੀ ਰੂਪ ਰೇಖਾ ਕੀ ਹੋਏਗੀ ਕੀ ਜਿਹੜੀ ਇਹ ਮਹਾਂ ਰੈਲੀ 31 ਮਾਰਚ ਨੂੰ ਰਾਮਲੀਲਾ ਮੈਦਾਨ ਦੇ ਵਿੱਚ ਹੋਣ ਜਾ ਰਹੀ ਹੈ ਕੀ ਤੁਹਾਨੂੰ ਲੱਗਦਾ ਵੀ ਪક્ષ ਜਿਹੜੀ ਪਾਰਟੀਆਂ ਨੇ ਉਹਨਾਂ ਦੀ ਸ਼ਮੂਲੀਅਤ ਵੀ ਹੋਵੇਗੀ ਬਿਲਕੁਲ ਸਭ ਤੋਂ ਵੱਡੀ ਗੱਲ ਹੈ ਕਿ ਜਿਵੇਂ ਆਪਾਂ ਜ਼ਿਕਰ ਕੀਤਾ ਸੀ ਕਿ ਇਸ ਟਾਈਮ ਸਭ ਤੋਂ ਵੱਡੀ ਜਿਹੜੀ ਜ਼ਿੰਮੇਵਾਰੀ ਬਣ ਗਈ ਨਾ ਪਰਿਵਾਰ ਨੂੰ ਅੱਗੇ ਲੈ ਕੇ ਤੇ ਸੈਂਟਰ ਸਰਕਾਰ ਦੇ ਨਾਲ ਸਿਆਸਤ ਤੌਰ ਤੇ ਵਿਚਾਰਧਾਰਕ ਤੌਰ ਤੇ ਲੜਨ ਦੀ ਜ਼ਿੰਮੇਵਾਰੀ ਜਿਹੜਾ ਭਾਰ ਪਿਆ ਉਹ ਮੁੱਖ ਮੰਤਰੀ ਭਗਵੰਤ ਮਾਨ ਤੇ ਪਿਆ ਕਿਉਂਕਿ ਉਹਨਾਂ ਨੇ ਹੁਣ ਪੰਜਾਬ ਵੀ ਦੇਖਣਾ ਔਰ ਦਿੱਲੀ ਵੀ ਦੇਖਣੀ ਆ ਔਰ ਦਿੱਲੀ ਤੋਂ ਇਲਾਵਾ ਭਾਰਤ ਵੀ ਦੇਖਣਾ ਹੈ ਜਿੱਥੇ-ਜਿੱਥੇ ਆਮ ਆਦਮੀ ਪਾਰਟੀ ਦੇ ਯੂਨਿਟ ਆ ਇਕਾਈ ਆ ਕਿਉਂਕਿ ਇਸ ਟਾਈਮ ਦਿੱਲੀ ਦੇ ਵਿੱਚ ਬਹੁਤ ਵੱਡਾ ਕ੍ਰਾਈਸਿਸ ਆ ਪੋਲਿਟੀਕਲ ਕ੍ਰਾਈਸਿਸ ਆ ਸੰਵਿਧਾਨਿਕ ਕ੍ਰਾਈਸਿਸ ਆ ਕਿ ਕਿਵੇਂ ਇੱਕ ਮੁੱਖ ਮੰਤਰੀ ਜੇਲ੍ਹ ਚ ਬੈਠ ਕੇ ਕਿਵੇਂ ਸਰਕਾਰ ਚਲਾ ਸਕਦਾ ਜੇ ਅਰਵਿੰਦ ਕੇਜਰੀਵਾਲ ਸਾਹਿਬ ਆਮਾਦੀ ਪਾਰਟੀ ਨੇ ਇਹ ਜਿੱਦ ਰੱਖੀ ਕਿ ਅਸੀਂ ਜੇਲ੍ਹ ਚ ਬੈਠ ਕੇ ਸਰਕਾਰ ਚਲਾਵਾਂਗੇ ਮੈਂ ਜੇਲ੍ਹ ਚ ਰਹਿ ਕੇ ਮੁੱਖ ਮੰਤਰੀ ਦੀ ਕੁਰਸੀ ਸੰਭਾਲ ਪਾਵਾਂਗੇ ਤੇ ਲਾਜ਼ਮੀ ਤੌਰ ਤੇ ਹੋ ਸਕਦਾ ਕਿ ਉੱਥੇ ਫਿਰ ਗਵਰਨਰ ਰੂਲ ਵੀ ਲੱਗ ਜਾ ਰਾਸ਼ਟਰਪਤੀ ਰਾਜ ਵੀ ਲੱਗ ਸਕਦਾ ਕਿ ਤੁਸੀਂ ਜੇਲ੍ਹ ਚ ਬੈਠ ਕੇ ਕਿਵੇਂ ਕਤੋਂ ਸੀ ਨਵਾਂ ਇੱਕ ਐਗਜ਼ਾਮਪਲ ਸੈੱਟ ਕਰ ਰਹੇ ਹੋ ਉਹਦੇ ਨਾਲ ਆਮ ਆਦੀ ਪਾਰਟੀ ਹੋਰ ਵਿਪਤਾ ਦੇ ਵਿੱਚ ਪਏਗੀ ਤੇ ਜਿਹੜਾ ਹੁਣ ਇਹਨਾਂ ਨੇ ਰੱਖੀ ਆ ਦਿੱਲੀ ਰੱਖੀ ਆ ਹੋਰ ਵੱਡੀ ਰੈਲੀ ਰੱਖੀ ਆ ਉਸ ਵੱਡੀ ਰੈਲੀ ਦੇ ਚਲਦਾਂ ਇਹ ਆ ਕਿ ਮਸਲਾ ਸਭ ਤੋਂ ਵੱਡਾ ਹੈ ਕਿ ਉਹਦੇ ਚ ਲਾਜ਼ਮੀ ਤੌਰ ਤੇ ਜਿਹੜਾ ਇੰਡੀਆ ਗੱਠ ਜੋੜ ਦੀਏ ਪਾਰਟੀਆਂ ਨੇ ਉਹ ਵੀ ਸ਼ਾਮਲ ਹੋਣਗੀਆਂ ਕਿਉਂਕਿ ਇਸ ਮਸਲੇ ਦੇ ਵਿੱਚ ਚਾਹੇ ਸੀਪੀਐਮ ਆ ਚਾਹੇ ਕਾਂਗਰਸ ਪਾਰਟੀ ਆ ਪੁਰਾਣੇ ਵੀ ਸੈਂਟਰ ਸਰਕਾਰ ਦੀ ਇਸ ਮਸਲੇ ਦੇ ਵਿੱਚ ਨਖੇਦੀ ਕੀਤੀ ਹੈ ਸੈਂਟਰ ਸਰਕਾਰ ਨੂੰ ਤਾਨਾਸ਼ਈ ਸਰਕਾਰ ਘਰਾਰ ਦਿੱਤਾ ਹੈਗਾ ਔਰ ਇਸ ਮਸਲੇ ਦੇ ਵਿੱਚ ਕਿਉਂਕਿ ਜ਼ਿੰਮੇਵਾਰੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਹੈ ਦਿੱਲੀ ਆਮ ਆਦੀ ਪਾਰਟੀ ਨੂੰ ਇਕੱਠੇ ਕਰਨਾ ਪੰਜਾਬ ਤੋਂ ਲੋਕਾਂ ਨੂੰ ਲੈ ਕੇ ਜਾਣਾ ਉੱਥੇ ਭੀੜ ਲੈ ਕੇ ਜਾਣਾ ਉੱਥੇ ਸ਼ਕਤੀ ਪ੍ਰਦਰਸ਼ਨ ਕਰਨਾ ਉੱਥੇ ਸੈਂਟਰ ਸਰਕਾਰ ਦੇ ਖਿਲਾਫ ਬਿਗਲ ਬੁਝਾਉਣਾ ਔਰ ਇਹ ਅੱਗੇ ਐਮਐਲਏ ਤੇ ਮੰਤਰੀਆਂ ਦੇ ਡਿਊਟੀਆਂ ਲੱਗ ਲੱਗ ਗਿਆ ਹੋਣਗੇ ਨਾ ਕਿ ਘਟੋ ਘਟ ਰਾਮ ਰੀਲਾ ਗਰਾਊਂਡ ਤੇ ਭਰੀ ਜਾਵੇ ਨਾ ਹੋ ਸਕਦਾ ਕਿ ਹਰ ਐਮ ਐਲ ਏ ਨੂੰ ਕਹਿ ਦਿੱਤਾ ਹੋਵੇ ਕਿ ਆਪਣੇ ਆਪਣੇ ਹਲਕੇ ਚੋਂ ਤੁਸੀਂ 5-5000 ਬੰਦਾ ਲੈ ਕੇ ਜਾਓ ਹੋ ਸਕਦਾ ਹੈ ਕਿ ਮੰਤਰੀਆਂ ਨੂੰ ਜ਼ਿਆਦਾ ਕਹਿ ਦਿੱਤਾ ਹੋਵੇ ਗੱਡੀਆਂ ਦੇ ਪ੍ਰਬੰਧ ਕਰਨੇ ਪੈਣਗੇ ਬੰਦਿਆਂ ਦੇ ਪ੍ਰਬੰਧ ਕਰਨੇ ਪੈਣਗੇ ਕਿਉਂਕਿ ਬਹੁਤ ਵੱਡਾ ਆਮ ਆਦਮੀ ਪਾਰਟੀ ਵਾਸਤੇ ਹਮ ਇੰਤਿਹਾਨ ਤੇ ਹੈ ਹੀ ਆ ਖਾਸ ਕਰਕੇ ਅਰਵਿੰਦ ਕੇਜਰੀਵਾਲ ਲੇਕਿਨ ਉਸ ਤੋਂ ਵੱਡਾ ਹੁਣ ਜਿਹੜਾ ਇਮਤਿਹਾਨ ਆ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇਣਾ ਪੈਣਾ ਹੈਗਾ ਇੱਕ ਤੇ ਭਗਵੰਤ ਮਾਨ ਉਹਨਾਂ ਦੇ ਇੱਕ ਆਪਣਾ ਇੱਕ ਰਤਬਾ ਅਸ ਪੰਜਾਬ ਹੋਵੇ ਚਾਹੇ ਦਿੱਲੀ ਆਮਾਦੀ ਪਾਰਟੀ ਉਹ ਜਬ ਬਾਕੀ ਐਜ਼ ਅ ਸੈਲੀਬ੍ਰਿਟੀ ਐਜ਼ ਅ ਚੀਫ ਮਨਿਸਟਰ ਲੋਕ ਉਹਨਾਂ ਨੂੰ ਸੁੰਧਿਆਗੇ ਨੇ ਤੇ ਇਸ ਸਮੇ ਸਭ ਤੋਂ ਵੱਡਾ ਜਿਹੜਾ ਮੋਡਿਆਂ ਦਾ ਪਰ ਭਗਵੰਤ ਮਾਨ ਤੇ ਹੋ ਸਕਦਾ ਕਿ ਜਿਹੜੀ ਉਦਨ 31 ਦੀ ਰੈਲੀ ਆ ਮਾ ਰੈਲੀ ਇਹਨਾਂ ਨੇ ਜਿਹੜਾ ਨਾਮ ਦਿੱਤਾ ਹੈਗਾ ਉਹਦੀ ਜਿੰਨੀ ਜਿਹੜੀ ਵਾਕ ਡੋਰਾ ਉਹ ਸਾਰੀ ਸਾਰੀ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੀ ਰਹੇਗੀ ਕਿਉਂਕਿ ਅਰਵਿੰਦ ਕੇਜਰੀਵਾਲ ਤੋਂ ਬਾਅਦ ਆਮ ਆਦੀ ਪਾਰਟੀ ਦੇ ਵਿੱਚ ਕਿਸੇ ਦਾ ਸਿਆਸੀ ਕਦ ਹੈ ਸੀ ਉਹ ਮੁੱਖ ਮੰਤਰੀ ਭਗਵੰਤ ਮਾਨ ਦਾ ਸੀ ਕਿਉਂਕਿ ਉਸ ਕਦ ਦੇ ਨਾ ਦਿੱਲੀ ਦੇ ਵਿੱਚ ਲੀਡਰ ਆਮ ਆਦੀ ਪਾਰਟੀ ਕੋਲ ਨਾ ਪੰਜਾਬ ਕੋਲ ਤੇ ਨਾ ਬਾਕੀ ਸੂਬਿਆਂ ਦੇ ਵਿੱਚ ਤੇ ਦੋ ਹੀ ਆਮ ਆਦੀ ਪਾਰਟੀ ਦੇ ਵੱਡੇ ਚਿਹਰੇ ਨੇ ਇੱਕ ਅਰਵਿੰਦ ਕੇਜਰੀਵਾਲ ਉਹ ਪਾਰਟੀ ਦੇ ਕਨਵੀਨੈਂਟ ਸੀ ਉਹ ਦੂਜੇ ਮੁੱਖ ਮੰਤਰੀ ਭਗਵੰਤ ਮਾਨ ਇਸੇ ਕਰਕੇ ਚਾਹੇ ਉਹ ਆਪੋਜੀਸ਼ਨ ਪਾਰਟੀ ਕਹਿੰਦੇ ਸੀ ਕਿ ਸਰਕਾਰੀ ਜਹਾਜ਼ ਪੰਜਾਬ ਦਾ ਤੇ ਅਰਵਿੰਦ ਜਿਹੜੀ ਵਾਲੂ ਦੇ ਚ ਹੂਟੇ ਲੈਂਦੇ ਨੇ ਜਿਹੜੀਆਂ ਵੀ ਵਿਧਾਨ ਸਭਾ ਚੋਣਾਂ ਦੇ ਵਿੱਚ ਉਹ ਰੈਲੀਆਂ ਕਰਦੇ ਸੀ ਉਹਦੇ ਚ ਜਿੱਥੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬੋਲਦੇ ਸੀ ਤੇ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਬੋਲਦੇ ਸੀ ਉਦੋਂ ਜਿਹੜੇ ਉੱਥੇ ਲੋਕ ਬੈਠੇ ਹੁੰਦੇ ਕਰਾਊਡ ਬੈਠੇ ਹੁੰਦੇ ਨੇ ਜਾਂ ਉਹਨਾਂ ਦੇ ਸੁਰੋਤੇ ਜਾਂ ਉਹਨਾਂ ਦੇ ਨਾਲੋਂ VOTER ਜਾਂ SUPPORTER ਬੈਠਿਆਂ ਦੇ ਉਹ ਭਗਵੰਤ ਮਾਨ ਦੀ ਸਪੀਚ ਦਾ ਨਜ਼ਰੀਆ ਹੋਰ ਹੁੰਦਾ ਹੈ ਹ ਰਵਿੰਦ ਕੇਜਰਵਾਲ ਨੂੰ ਹੋਰ ਨਜ਼ਰੀਆ ਨਾਲ ਲੋਕ ਦੇਖਦੇ ਸੀ ਪਰ ਇਹ ਦੱਸਿਆ ਜਾਵੇ ਕਿ ਜਿਹੜਾ ਧਰਨਾ ਹੈ ਉਹਨਾਂ ਦਾ ਪ੍ਰਦਰਸ਼ਨ ਇਹ BJP ਦੇ ਖਿਲਾਫ ਹੋਏਗਾ ED ਦੇ ਖਿਲਾਫ ਹੋਏਗਾ ਕਿ ਚੋਣ ਆਯੋਗ ਦੇ ਖਿਲਾਫ ਹੋਏਗਾ ਇਹ ਸਭ ਤੋਂ ਵੱਡੀ ਗੱਲ ਹੈ ਕਿ ਇਹ ਤੇ ਧਰਨਾ ਸ਼ਰੇ ਆਮੀ ਸੈਂਟਰ ਸਰਕਾਰ ਦੇ ਖਿਲਾਫ ਬੀਜੇਪੀ ਦੇ ਖਿਲਾਫ ਨਰਿੰਦਰ ਮੋਦੀ ਸਰਕਾਰ ਦੇ ਖਿਲਾਫ ਹਨ ਇਹਦੇ ਚ ਤੇ ਈਡੀ ਕੀ ਈਡੀ ਕੁਝ ਨਹੀਂ ਹੈਗਾ ਈਡੀ ਜੇ ਆਜ਼ਾਦ ਆ ਜਾਂ ਇਨਕਮ ਟੈਕਸ ਆਜ਼ਾਦ ਆ ਸੀਬੀਆਈ ਆਜ਼ਾਦ ਆ ਤੇ ਫਿਰ ਤੇ ਉੱਥੇ ਵੀ ਉਹਨਾਂ ਨੂੰ ਪਾਲਿਸੀਆਂ ਚੈੱਕ ਕਰਨੀਆਂ ਚਾਹੀਦੀਆਂ ਉੱਥੇ ਵੀ ਛਾਪੇ ਮਾਰਨੇ ਚਾਹੀਦੇ ਉਹ ਬੀਜੇਪੀ ਦੇ ਮੁੱਖ ਮੰਤਰੀ ਮੰਤਰੀ ਵੀ ਫੜਨੇ ਚਾਹੀਦੇ ਨਾ ਈਡੀ ਨਹੀਂ ਆ ਈਡੀ ਨਹੀਂ ਬੀਜੇਪੀ ਆ ਉਹ ਸੈਂਟਰ ਸਰਕਾਰ ਦੇ ਖਿਲਾਫ ਧਰਨਾ ਗਏ ਹੋ ਨਹੀਂ ਸਕਦਾ ਕਿ ਜਿਹੜੀਆਂ ਨੌਨ ਬੀਜੇਪੀ ਗਵਰਨਮੈਂਟ ਨੇ ਉਹ ਬੇਈਮਾਨ ਨੇ ਤੇ ਜਿਹੜੇ ਬੀਜੇਪੀ ਕਿੰਨਾ ਸਰਕਾਰਾਂ ਨੇ ਉਹ ਈਮਾਨਦਾਰ ਨਹੀਂ ਇਹ ਤਾਂ ਹੋ ਨਹੀਂ ਸਕਦਾ ਕਿਤਨੇ ਕਿਤੇ ਪਰ ਸਵਾਲ ਇਹ ਜਦੋਂ ਸਰਕਾਰ ਚਲਾਉਂਦੇ ਤੁਸੀਂ ਸੈਂਟਰ ਚਲਾਉਂਦੇ ਤੁਸੀਂ ਦੇਸ਼ ਚਲਾ ਰਹੇ ਨੇ ਤੁਹਾਨੂੰ ਫਿਰ ਇਹ ਸਾਰਿਆਂ ਨੂੰ ਇੱਕੋ ਨਜ਼ਰੀਏ ਦੇ ਨਾਲ ਦੇਖਣਾ ਚਾਹੀਦਾ ਪਿਕ ਐਂਡ ਚੂਜ਼ ਨਹੀਂ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਵੀ ਕਾਂਗਰਸ ਪਾਰਟੀ ਤੇ ਹੀ ਕਹੇ ਕਿ ਸਾਡੇ ਨੇਤਾ ਲੀਡਰਾਂ ਨੂੰ ਮੰਤਰੀਆਂ ਨੂੰ ਫੜਿਆ ਜਾ ਰਿਹਾ ਤੇ ਇਹੋ ਆਮ ਆਦੀ ਪਾਰਟੀ ਅਰਵਿੰਦ ਕੇਜ ਜੀ ਵਾਲ ਹੋਣੀ ਬੀਜਪੀ ਦੇ ਖਿਲਾਫ ਕਹਿ ਰਹੇ ਨੇ ਕਿ ਉਥੇ ਸਾਡੇ ਲੀਡਰ ਫੜੇ ਜਾ ਰਹੇ ਨੇ ਕਿਉਂਕਿ ਰਵਿੰਦ ਕੇਜਰੀਵਾਲ ਤੋਂ ਪਹਿਲਾਂ ਕਿੰਨੂ ਕਿੰਨੂ ਫੜਿਆ ਜਾ ਚੁੱਕਾ ਮਨੀਸ਼ ਸੋਸੋਦੀਆ ਸਤਿੰਦਰ ਜੈਨ ਫਿਰ ਉਹਦਾ ਨਾਮ ਸੰਜੀਤ ਸਿੰਘ ਫਿਰ ਛੋਟੇ ਮੋਟੇ ਹੋਰ ਵੀ ਦਿੱਲੀ ਦੇ ਮੰਤਰੀ ਤੇ ਐਮ ਐਲ ਏ ਜਾਂ ਹੋਰ ਲੀਡਰ ਵੀ ਫੜੇ ਗਏ ਨੇ ਉਹ ਕਿਤਨੇ ਕਿਤੇ ਤੇ ਈਡੀ ਨੂੰ ਜਿਹੜੇ ਦਸਤਾਵੇਜ਼ ਮਿਲੇ ਨੇ ਉਹ ਸਭ ਤੋਂ ਵੱਡੀ ਗੱਲ ਹੈ ਕਿ ਇਹ ਤੇ ਪਰਚਾ ਕਿਵੇਂਦਰ ਜੋ ਹੈ ਹਾਲਾਂਕਿ ਰਵਿੰਦ ਕੇਜਰੀਵਾਲ ਕੋਲ ਕੋਈ ਵੀ ਮਹਿਕਮਾ ਨਹੀਂ ਸੀ ਲੇਕਿਨ ਉਹਨਾਂ ਨੇ ਕਿਹਾ ਕਿ ਜਿਹੜਾ 338 ਕਰੋੜ ਰੁਪਏ ਦਾ ਲਾਂਨ ਦੇਣਾ ਹੈ ਜਿਹੜਾ ਦੱਖਣ ਭਾਰਤ ਦੇ ਲੋਕਾਂ ਨੂੰ ਫਾਇਦੇ ਪਹਚਾਏਗੇ ਨੇ ਉਹਦੇ ਨੇ ਕਰੋੜਾ ਰੁਪਏ ਦੇ ਫੰਡ ਲਏ ਹੈਗੇ ਨੇ ਉਹਦੇ ਚ ਇਹ ਹੈ ਕਿ ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਇੱਕ ਕੰਪਨੀ ਬਣਾਇਆ ਤੇ ਕੰਪਨੀ ਦੇ ਡਾਇਰੈਕਟਰ ਦੇ ਤੌਰ ਤੇ ਅਰਵਿੰਦ ਕੇਜੀਵਾਲ ਦੇ ਪਰਚਾ ਦਰਜ ਹੋਇਆ ਕਿਉਂਕਿ ਪਾਰਟੀ ਦਾ ਲੈਣ-ਦੇਣ ਹੋਇਆ ਨਾ ਇਸ ਕਰਕੇ ਇੱਕ ਕੰਪਨੀ ਕੰਪਨੀ ਨੂੰ ਬਣਾ ਦੇਤਾ ਆ ਮਾਦੀ ਪਾਰਟੀ ਤੇ ਡਾਇਰੈਕਟਰ ਬਣਾਤਾ ਰਵਿੰਦ ਕੇਜਰੀਵਾਲ ਜਿਹੜੇ ਮੁੱਖ ਮੰਤਰੀ ਨੇ ਕਿਉਂਕਿ ਜਿਹੜੀ ਵੀ ਪਾਰਟੀ ਰਜਿਸਟਰਡ ਹੁੰਦੀ ਆ ਉਹ ਕੰਪਨੀ ਐਕਟ ਦੇ ਤਾ ਰਜਿਸਟਰਡ ਹੁੰਦੀ ਹੋਊਗੀ ਜਾਂ ਕਿਵੇਂ ਇਹ ਸਾਰਾ ਕੁਝ ਉਹ ਆਉਣ ਵਾਲੇ ਜਦੋਂ ਇਨਵੈਸਟੀਗੇਸ਼ਨ ਚੱਲਣਗੀ ਜਾਂਚ ਚੱਲਗੀ ਉਹਦੇ ਜਿਹੜੀ ਸਾਰੀ ਜਿਹੜੀ ਸਥਿਤੀ ਆ ਉਹ ਸਪੱਸ਼ਟ ਹੋ ਜਾਊਗੀ ਲੇਕਿਨ ਅਰਵਿੰਦ ਕੇਜਰੀਵਾਲ ਹੋਣਾ ਨੇ ਬੜੇ ਸਾਰੇ ਅੱਜ ਵੀ ਕਹਿੰਦੇ ਨੇ ਕਿ ਅਸੀਂ ਇਮਾਨਦਾਰ ਅਸੀਂ ਕੱਟਣ ਮਾਨਦਰ ਪਰ ਜ ਸੁਪਰੀਮ ਕੋਰਟ ਦੇ ਤੱਕ ਜਿਹੜੀਆਂ ਇਹਨਾਂ ਦੀਆਂ ਜ਼ਮਾਨਤ ਅਰਜ਼ੀਆਂ ਲਾਈਆਂ ਸੀ ਚਾਹੇ ਉਹ ਸੰਜੇ ਸਿੰਘ ਚਾਹੇ ਉਹ ਮਨੀਸ਼ ਸੋਧ ਦਰਜਨ ਉਹ ਜਿਹੜੇ ਦਸਤਾਵੇਜ਼ ਬੋਲਦੇ ਨੇ ਜਿਹੜੇ ਪਹਿਲੂ ਬੋਲਦੇ ਨੇ ਜਿਹੜੇ ਸਬੂਤ ਬੋਲਦੇ ਨੇ ਉਹਦੇ 'ਚ ਲੱਗਦਾ ਕਿ ਗੜਬੜੀਆਂ ਹੋਈਆਂ ਤੁਸੀਂ ਇਮਾਨਦਾਰੀ ਦੇ ਨਾਲ ਕੰਮ ਨਹੀਂ ਕੀਤਾ ਤੁਸੀਂ ਬੇਈਮਾਨ ਦੇ ਤੌਰ ਤੇ ਕੰਮ ਕੀਤਾ ਕਿ ਇਸੇ ਕਰਕੇ ਜ਼ਮਾਨਤ ਨਹੀਂ ਮਿਲੀ ਨਹੀਂ ਤੇ ਇਹ ਜੇ ਕੇਸਾਂ ਜਿਹੜੇ ਭ੍ਰਿਸ਼ਟਾਚਾਰ ਦੇ ਕੇਸਾਂ 'ਚ ਤੇ ਸ਼ਰ ਜ਼ਮਾਨਤਾਂ ਮਿਲ ਜਾਂਦੇ ਆ ਇੱਕ ਵਾਰ ਰਿਮਾਂਡ ਦੋ ਵਾਰ ਰਿਮਾਂਡ ਤਿੰਨ ਵਾਰ ਰਿਮਾਂਡ ਤੇ ਜੇ ਰਿਮਾਂਡ ਤੋਂ ਬਾਅਦ ਜਿਹੜੇ ਬੜੇ ਕਾਤਲ ਵੀ ਹੁੰਦੇ ਨਾ ਉਹਨਾਂ ਨੂੰ ਵੀ ਜ਼ਮਾਨਤ ਲੱਗ ਜਾਂਦੀ ਜਿੰਨਾ ਚਿਰ ਟਰਾਇਲ ਚੱਲਦੇ ਰਹਿੰਦੇ ਹੈਗੇ ਨੇ ਨਾ ਤੇ ਇਸ ਕਰਕੇ ਜਿਹੜੀ ਸਥਿਤੀ ਆ ਇਹ ਤੇ ਕਾਫੀ ਇਨਾ ਵਾਸਤੇ ਬੜੀ ਸ਼ਰਮਨਾਕ ਵੀ ਬਣ ਗਿਆ ਔਰ ਬਿਪਤਾ ਵਾਲੀ ਵਿਸਥਿਤੀ ਬਣ ਗਿਆ ਹੁਣ ਭਗਵੰਤ ਮਾਨ ਦਾ ਸਾਰਾ ਯੋਰ ਲੱਗੂਗਾ ਕਿਉਂਕਿ ਇੱਕ ਇਹਨਾਂ ਤੇ ਜਿਹੜਾ ਪ੍ਰਚਾਰ ਆ ਉਸ ਤੇ ਬਹੁਤ ਪ੍ਰਭਾਵ ਪੈਣਾ ਹੈਗਾ ਕਿਉਂਕਿ ਅੱਗੇ ਦਿੱਲੀ ਅਰਵਿੰਦ ਕੇਜਰੀ ਵਾਲੇ ਸਾਹਮਣੇ ਸੀ ਪੰਜਾਬ ਭਗਵੰਤ ਮਾਨ ਨੇ ਸਾਂਭਣਾ ਸੀ ਹੁਣ ਭਗਵੰਤ ਮਾਨ ਨੂੰ 13 ਸੀਟਾਂ ਏ ਹਰਿਆਣੇ ਦੀਆਂ 10 ਦਿੱਲੀ ਦੀਆਂ ਸਾਅਤ ਹਨਾ ਉਹ ਜਿਹੜਾ ਯੂਰੋ ਇਹਦਾ ਸਭ ਤੋਂ ਵੱਧ ਹੈ ਇਸ ਤੋਂ ਭਗਵੰਤ ਮਾਨ ਦਾ ਪੰਜਾਬ ਦੇ ਚੋਣ ਪ੍ਰਚਾਰ ਤੇ ਅਸਰ ਬਹੁਤ ਪਏਗਾ ਜਿਹੜੀਆਂ ਮੈਨੂੰ ਲੱਗਦਾ ਕਿ ਇਹ ਪ੍ਰਚਾਰ ਤੇ ਜਿੰਨਾ ਜ਼ਿਆਦਾ ਅਸਰ ਪੰਜਾਬ ਤੇ ਪਏਗਾ ਤੇ ਜੇ ਪੰਜਾਬ ਤੇ ਭਗਵੰਤ ਮਾਨ ਦੀ ਗੈਰ ਹਾਜ਼ਰੀ ਰਹੀ ਉਹਨਾਂ ਦਾ ਜਿਹੜਾ ਫੋਕਸ ਦਿੱਲੀ ਰਿਆ ਜਾਂ ਹਰਿਆਣਾ ਰਿਆ ਤੇ ਲਾਜ਼ਮੀ ਤੌਰ ਤੇ ਪੰਜਾਬ ਦੀਆਂ ਜਿਹੜੀਆਂ 13 ਸੀਟਾਂ ਜਿੰਨਾਂ ਦਾ ਇਹਨਾਂ ਦਾ ਦਾਅਵਾ ਕੀਤਾ ਉਸ ਤੇ ਬਹੁਤ ਜ਼ਿਆਦਾ ਪ੍ਰਭਾਵ ਪਏਗਾ ਕਿਉਂਕਿ ਭਗਵੰਤ ਮਾਨ ਜਿੱਡਾ ਆਮ ਆਦੀ ਪਾਰਟੀ ਕੋਲ ਕੋਈ ਐਡਾ ਵੱਡਾ ਬਲਾਰਾ ਨਹੀਂ ਹੈ ਕੋਈ ਐਡਾ ਵੱਡਾ ਸਪੀਕਰ ਨਹੀਂ ਹੈ ਕੋਈ ਐਡਾ ਵੱਡਾ ਕਰਾਊਡ ਪੁੱਲਰ ਨਹੀਂ ਹੈ ਕੋਈ ਐਡਾ ਵੱਡਾ ਲੀਡਰ ਨਹੀਂ ਹੈ ਕਿ ਉਹ ਕਾਂਗਰਸ ਦੇ ਖਿਲਾਫ ਬੋਲ ਸਕਣ ਸ਼੍ਰੋਮਨੀ ਕਾਲੀ ਦਲ ਦੇ ਨਾਲ ਖਿਲਾਫ ਬੋਲਣ ਕਿਉਂਕਿ ਬਾਕੀ ਜਿਹੜੇ ਲੀਡਰ ਉਹਨਾਂ ਦਾ ਹਲੇ ਕਦ ਬਣਿਆ ਨਹੀਂ ਚਾਹੇ ਭਗਵੰਤ ਮਾਨ ਸਾਹਿਬ ਦੇ ਨਾਲ ਮੰਤਰੀ ਵੀ ਹੈਗੇ ਨੇ ਪਰ ਉਹਨਾਂ ਦਾ ਐਡਾ ਵੱਡਾ ਕਦ ਨਹੀਂ ਬਣਿਆ ਉਹਨਾਂ ਦੀ ਹਲੇ ਲੱਤਾਂ ਭਾਰ ਨਹੀਂ ਚੱਲਦੀਆਂ ਕਿ ਉਹ ਭਾਜਪਾ ਦੇ ਖਿਲਾਫ ਬੋਲ ਸਕਣ ਉਹ ਸ਼੍ਰੋਮਨੀ ਕਾਲੀ ਦਲ ਦੇ ਖਿਲਾਫ ਬੋਲ ਸਕਣ ਉਹ ਕਾਂਗਰਸ ਪਾਰਟੀ ਦੇ ਖਿਲਾਫ ਬੋਲ ਸਕਣ ਉਹ ਲੋਕਾਂ ਦੇ ਨਾਲ ਅ ਬਾਕੀ ਗੱਲ ਕਰ ਸਕਣ ਉਹ ਏਡਾ ਕੱਦ ਸਿਰਫ ਤੇ ਸਿਰਫ ਪੰਜਾਬ ਦੇ ਵਿੱਚ ਜਾਂ ਨੈਸ਼ਨਲ ਲੈਵਲ ਤੇ ਆਮ ਆਦੀ ਪਾਰਟੀ ਦੇ ਅਗਰ ਚਾਤੀ ਮਰੀ ਤੇ ਉਹ ਮੁੱਖ ਮੰਤਰੀ ਭਗਵੰਤ ਮਾਨ ਕੋਲ ਆ ਮੁੱਖ ਮੰਤਰੀ ਭਗਵੰਤ ਮਾਨ ਸਾਡੀ ਗੱਲ ਕਰੀ ਉਹਨਾਂ ਨੇ ਨਾ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤਾ ਹੈ ਉਹਨਾਂ ਨੇ ਕਿਹਾ ਕਿ આરોਪ ਸਾਬਿਤ ਨਹੀਂ ਹੋਏ ਤੇ ਪਹਿਲੀ ਉਹਨਾਂ ਨੂੰ ਜੇਲ ਭੇਜ ਦਿੱਤਾ ਹੈਗਾ ਇਹ ਸਰਾਸਰ ਤੱਕ ਹੈ ਕਿ ਪਹਿਲਾਂ આરોਪ ਤੈ ਹੋਣਗੇ ਤਾਂ ਕੇਜਰੀਵਾਲ ਸਾਹਿਬ ਜੇਲ ਜਾਣਗੇ ਨੇ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਇਹ ਦਿੱਲੀ ਦੇ ਵਿੱਚ ਸ਼ਰਾਬ ਪਾਲਿਸੀ ਨੂੰ ਲੈ ਕੇ ਗੜਬੜੀ ਹੋਈ ਹੈ ਕਿਉਂਕਿ ਦਿੱਲੀ ਦੇ ਹੀ ਮੁਖ ਸਕੱਤਰ ਨੇ ਉੱਥੋਂ ਦੇ ਰਾਜਪਾਲ ਨੂੰ ਲਿਖਿਆ ਸੀ ਉਪ ਰਾਜਪਾਲ ਨੂੰ ਲਿਖਿਆ ਸੀ ਕਿ ਇਹਦੇ 'ਚ ਗੜਬੜੀ ਹੈ ਫਿਰ ਸਾਰੀ ਅੱਗੇ ਜਾਂਚ ਵੱਧੀ ਹੈਗੀ ਆ ਹੁਣ ਜੋ ਉਸ ਜਾਂਚ ਦੇ ਵਿੱਚ ਇਹਨਾਂ ਦੇ ਬਹੁਤ ਸਾਰੇ ਜਿਹੜੇ ਬੰਦੇ ਫੜੇ ਗਏ ਨੇ ਇੱਥੋਂ ਤੱਕ ਕਿ ਡਿਪਟੀ ਸੀਐਮ ਮਨੀਸ਼ ਸੋਦੀਆ ਫੜਿਆ ਗਿਆ ਹੋਵੇ ਕਿਉਂਕਿ ਉਹ ਦਿੱਲੀ ਦੇ ਉਪ ਮੁੱਖ ਮੰਤਰੀ ਵੀ ਐਕਸਾਈਜ਼ ਮਿਨਿਸਟਰ ਵੀ ਸੰਜੇ ਸਿੰਘ ਨਦਰਸਭਾ ਮੈਂਬਰ ਉਹਦਾ ਖਲਾਸਾ ਹੈ ਕਿ ਉਹਦਾ ਲੈਣ-ਦੇਣ ਦੇ ਵਿੱਚ ਹੋਇਆ ਇਸ ਕਰਕੇ ਅਰਵਿੰਦ ਕੇਜਰੀਵਾਲ ਦਾ ਕੀ ਡਾਇਰੈਕਟਰ ਸੀ ਕਿ ਉਹਨਾਂ ਕੋਈ ਅਹੁਦਾ ਨਹੀਂ ਲੇਕਿਨ ਸੂਬੇ ਦੇ ਮੁੱਖ ਮੰਤਰੀ ਔਰ ਜਿਹੜਾ ਪਤਾ ਲੱਗਾ ਜਿਹੜੇ ਖਦਸ਼ੇ ਨੇ ਈਡੀ ਨੇ ਦੱਸਿਆ ਗਏ ਨੇ ਕਿ 338 ਕਰੋੜ ਰੁਪਏ ਕੇ 383 ਕਰੋੜ ਰੁਪਏ ਦੀ ਗੜਬੜੀ ਆ ਉਹ ਪੈਸਾ ਜਿਹੜਾ ਉਹ ਪਾਰਟੀ ਫੰਡ ਨੂੰ ਗਿਆ ਪਾਰਟੀ ਵਿੱਚ ਗਿਆ ਹੁਣ ਪਾਰਟੀ ਕੌਣ ਆ ਅਰਵਿੰਦ ਕੇਜਰੀਵਾਲ ਕਿਉਂਕਿ ਪਾਰਟੀ ਦੇ ਕਨਵੀਨਰ ਤੇ ਫਿਰ ਪਾਰਟੀ ਦੇ ਮੁਖੀ ਕੋਈ ਪੁੱਛਿਆ ਜਾਊਗਾ ਨਾ ਇਸ ਕਰਕੇ ਅਰਵਿੰਦ ਕੇਜਰੀਵਾਲ ਉਹਨਾਂ ਨੂੰ 8 9 ਨੋਟਿਸ ਜੀਡੀ ਦੇ ਇਹਨਾਂ ਨੇ ਈਡੀ ਦੇ ਨੋਟਿਸ ਦੀ ਪ੍ਰਵਾਹ ਨਹੀਂ ਕੀਤੀ ਹੈਗੀ ਕਿ ਉਦੋਂ ਇੱਕ ਲਗਾਤਾਰ ਕਹਿ ਰਹੇ ਸੀ ਕਿ ਸੈਂਟਰ ਸਰਕਾਰ ਧੱਕਾ ਕਰ ਰਹੀ ਆ ਇਹ ਸੰਵਿਧਾਨਕ ਨਹੀਂ ਆ ਇਹ ਜਾਣਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਇਸ ਕਰਕੇ ਈਡੀ ਨੂੰ ਲੱਗਾ ਈਡੀ ਵੀ ਇੱਕ ਪੂਰੇ ਪੁਖਤਾ ਇੰਤਜ਼ਾਮ ਕਰਕੇ ਸਬੂਤ ਇਕੱਠੇ ਕਰਕੇ ਉਹਨਾਂ ਨੇ ਗ੍ਰਿਫਤਾਰ ਕੀਤਾ ਕਿਉਂਕਿ ਜਿਸ ਦਿਨ ਦਿੱਲੀ ਹਾਈ ਕੋਰਟ ਨੇ ਮਨਾਂ ਕਰ ਦਿੱਤਾ ਹੈਗਾ ਇਹਨਾਂ ਨੂੰ ਉਸ ਦਿਨ ਉਹਨਾਂ ਨੇ ਉਸੇ ਦਿਨੇ ਅਰੈਸਟ ਪਾ ਲਈ ਹੈਗੀ ਹੈ ਹਾਲਾਂਕਿ ਇਹ ਵੀ ਮਸਲਾ ਕਿ ਇਸ ਮਸਲੇ ਤੇ ਸੀਬੀਆਈ ਦੀ ਵੀ ਐਂਟਰੀ ਹੋ ਸਕਦੀ ਹੈ ਇਸ ਮਸਲੇ ਕੋਈ ਇਸ ਮਸਲੇ ਦੀ ਸੀਬੀਆਈ ਜਾਂਚ ਦੇ ਵੀ ਉੱਥੋਂ ਦੇ ਜਿਹੜੇ ਵੀ ਕੇ ਸਖਸੈਣਾ ਦਿੱਲੀ ਦੇ ਉਪ ਰਾਜਪਾਲ ਉਹਨਾਂ ਵੱਲੋਂ ਮਨਜ਼ੂਰੀ ਦਿੱਤੀ ਹੋਈ ਹੈ ਹੱਲੇ ਮੁਸੀਬਤਾਂ ਘਟੀਆਂ ਨਹੀਂ ਆ ਹਜੇ ਮੁਸੀਬਤਾਂ ਸ਼ੁਰੂਆਤ ਹੋਈ ਹੈ ਮੁਸੀਬਤਾਂ ਹੋਰ ਵਧਣਗੀਆਂ ਹੁਣ ਕਿਉਂਕਿ ਜਦੋਂ ਵੀ ਕੋਈ ਫੜਿਆ ਜਾਂਦਾ ਹੈਗਾ ਉਦੋਂ ਤੇ ਇੱਕੋ ਹੁੰਦੀ ਨਾ ਲੀਡ ਆਪੋਜੀਸ਼ਨ ਕੋ ਕਿ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਆ ਦੋਸ਼ ਝੂਠੇ ਆ ਪਰ ਇਹ ਜਿਹੜੇ ਸਵਾਲ ਆ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਹਿੰਦੀ ਆ ਰਹੀ ਆ ਮਤਲਬ ਜੇ ਤੁਸੀਂ ਤੁਹਾਡੀ ਸਰਕਾਰ ਹੈ ਤਾਂ ਤੁਸੀਂ ਆਪੋਜੀਸ਼ਨ ਪਾਰਟੀ ਦੇ ਲੀਡਰਾਂ ਨੂੰ ਫੜਦੇ ਹੋ ਤੇ ਫਿਰ ਤੁਸੀਂ ਸੱਚੇ ਹੋ ਜਦੋਂ ਤੁਹਾਡੇ ਕਿਸੇ ਲੀਡਰ ਨੂੰ ਫੜ ਲਿਆ ਤੁਸੀਂ ਕਹਿੰਦੇ ਕਿ ਸਰਾਸਰ ਗਲਤ ਆ ਗਿਆ ਇਹ ਤਾਂ ਹੁਣ ਸਵਾਲ ਆ ਕਿ ਜਾਂਚ ਹੈ ਜਾਂਚ ਦੇ ਵਿੱਚ ਅਗਰ ਲੱਗਾ ਕਿ ਅਰਵਿੰਦ ਕੇਜਰੀਵਾਲ ਦੇ ਨਾਲ ਧੱਕਾ ਹੋਇਆ ਤੇ ਸਭ ਬਲਾਜ਼ਮੀ ਤੌਰ ਤੇ ਉਹਨਾਂ ਨੂੰ ਲੋਅਰ ਕੋਰਟ ਵੀ ਜ਼ਮਾਨਤ ਦੇ ਸਕਦੀ ਹੈ ਦਿੱਲੀ ਹਾਈ ਕੋਰਟ ਵੀ ਜ਼ਮਾਨਤ ਦੇ ਸਕਦੀ ਜਿੱਥੇ ਜਿੱਥੇ ਜ਼ਮਾਨਤ ਤਵਾਸੇ ਪਲਾਈ ਕਰਨਗੇ ਸਭ ਤੋਂ ਪਹਿਲਾਂ ਤੇ ਉਹਨਾਂ ਨੂੰ ਲੋਰ ਕੋਰਟ ਦੇ ਵਿੱਚ ਜਾਣਾ ਪਊਗਾ ਨਾ ਤੇ ਇਸ ਕਰਕੇ ਹੁਣ ਕਿਉਂਕਿ ਲੋਕਾਂ ਨੂੰ ਜੋੜਨ ਵਾਸਤੇ ਲੋਕਾਂ ਦੀ ਹਮਦਰਦੀ ਹਾਸਲ ਕਰਨ ਵਾਸਤੇ ਇਹੋ ਜਿਹੇ ਪੋਲੀਟੀਕਲ ਸਟੇਟਮੈਂਟ ਆ ਸਕਦੇ ਉਹ ਸਵਾਲ ਆ ਕਿ ਅਰਵਿੰਦ ਕੇਜਰੀਵਾਲ ਸਾਹਿਬ ਫੜੇ ਗਏ ਨੇ ਤੇ ਹੁਣ 31 ਨੂੰ ਇੱਕ ਮਾਰ ਰੈਲੀ ਕੀਤੀ ਜਾ ਰਹੀ ਆ ਉਹਨੂੰ ਸ਼ਕਤੀ ਪ੍ਰਦਰਸ਼ਨ ਕਹਿ ਲਓ ਲੋਕਾਂ ਦੀ ਹਮਦਰਦੀ ਹਾਸਲ ਕਰਨ ਵਾਸਤੇ ਪੋਲੀਟੀਕਲ ਸਟੰਟ ਬਾਜੀ ਕਹਿ ਲਓ ਪਰ ਸਵਾਲ ਆ ਕਿ ਇਸ ਤੋਂ ਪਹਿਲਾਂ ਤੁਹਾਡੇ ਉਹਨਾਂ ਨੇ ਤਿੰਨ ਚੋਟੀ ਦੇ ਮੰਤਰੀ ਤੇ ਇੱਕ ਰਾਜ ਸਭਾ ਮੈਂਬਰ ਫੜਿਆ ਉਦੋਂ ਵੱਡਾ ਕੱਟ ਕਰ ਦਿੰਦੇ ਤਾਂ ਸ਼ਾਇਦ ਤੁਹਾਡੇ ਅਰਵਿੰਦ ਕੇਜਰੀਵਾਲ ਸਾਹਿਬ ਬਚ ਜਾਂਦੇ ਤੁਹਾਡਾ ਸਤਿੰਦਰ ਜਹਨ ਸਾਲ ਉੱਚਲਿਆ ਤੁਹਾਡਾ ਮਨੀਸ਼ ਸੁਧੀਆ ਸਾਲ ਉੱਚਲਿਆ ਰਾਜ ਸਭਾ ਮੈਂਬਰ ਸੰਜੇ ਸਿੰਘ ਜਿੰਨਾਂ ਨੂੰ ਫੜਿਆ ਗਿਆ ਫਿਰ ਤੁਸੀਂ ਉਹਨਾਂ ਨੂੰ ਫਿਰ ਉਹਨਾਂ ਨੂੰ ਰਾਜ ਸਭਾ ਮੈਂਬਰ ਬਣਾਇਆ ਹੈ ਤਾਂ ਉਹਦੇ ਕਰਕੇ ਹੁਣ ਦੇਖੋ ਇਹ ਪਾਰਟੀ ਆਵਾ ਦੀ ਪਾਰਟੀ ਕੀ ਇਲਜ਼ਾਮ ਲਗਾਉਂਦੀ ਹੈ ਨਹੀਂ ਲਗਾਉਂਦੀ ਹੈਗੀ ਉਹਨੇ ਇੱਕ ਇਨਵੈਸਟੀਗੇਸ਼ਨ ਦਾ ਹਿੱਸਾ ਜਾਂਚ ਦਾ ਹਿੱਸਾ ਹੈਗਾ ਇਨਵੈਸਟੀਗੇਸ਼ਨ ਤੇ ਹਾਲੇ ਸ਼ੁਰੂ ਹੋਈ ਹੈ ਸ਼ਾਇਦ ਰੋਜ਼ ਹੀ ਖੁਲਾਸੇ ਹੋਣ ਕਿ ਇਨਫੋਰਸਮੈਂਟ ਡਾਇਰੈਕਟਰ ਰੇਡ ਜੋ ਕਰਿਆ ਕਰਗੀ ਕਿਉਂਕਿ ਉਹਨਾਂ ਨੂੰ ਵੀ ਕੋਰਟ 'ਚ ਤੇ ਜਦੋਂ ਇਹ ਰਿਮਾਂਡ ਮੰਗਣਗੇ ਤੇ ਉਹ ਉਹਨਾਂ ਨੂੰ ਸਬੂਤ ਦੇਣੇ ਪੈਣ ਕਰਕੇ ਸਾਨੂੰ ਹੋਰ ਚਾਹੀਦੀ ਹੈ ਜ ਰਿਮਾਂਡ ਚਾਹੀਦਾ ਹੈਗਾ ਤੇ ਹੁਣ ਇੱਕ ਰਵਿੰਦ ਕੇਜਰੀਵਾਲ ਕਿੰਨਾ ਦੱਸਦੇ ਨੇ ਕਿੰਨਾ ਨਹੀਂ ਦੱਸਦੇ ਇੱਕ ਤੇ ਜਾਂਚ ਦਾ ਵਿਸ਼ਾ ਪਰ ਜਿਹੜੀ 31 ਤਰੀਕ ਨੂੰ ਰੈਲੀ ਸੱਦੀ ਗਈ ਨਾ ਇਹਦੇ ਨਾਲ ਆਮ ਆਦੀ ਪਾਰਟੀ ਦੇਖੋ ਦਿੱਲੀ ਦੇ ਵਿੱਚ ਕੀ ਨਜ਼ਰੀਆ ਬਦਲਦਾ ਉਹਨਾਂ ਦਾ ਲੋਕਾਂ ਦਾ ਇਸ ਪਾਰਟੀ ਦੇ ਪ੍ਰਤੀ ਪੰਜਾਬ ਜਿਤ ਕੀ ਫਰਕ ਪੈਂਦਾ ਕੀ ਪੋਲੀਟੀਕਲ ਤੌਰ ਤੇ ਆਮ ਆਦੀ ਪਾਰਟੀ ਨੂੰ ਨੁਕਸਾਨ ਹੋਇਆ ਜਾਂ ਪੋਲੀਟੀਕਲ ਪਾਰਟੀ ਦੇ ਤੌਰ ਤੇ ਉਹਨਾਂ ਨੂੰ ਫਾਇਦਾ ਹੋਏਗਾ ਜਾਂ ਅਰਵਿੰਦ ਕੇਜਰੀਵਾਲ ਦੇ ਫੜਨ ਦੇ ਨਾਲ ਦਿੱਲੀ ਤੇ ਪੰਜਾਬ ਕਿਉਂਕਿ ਦੋ ਸੂਬਿਆਂ 'ਚ ਸਰਕਾਰ ਲੋਕ ਖੁਸ਼ ਹੋਏ ਨੇ ਜਾਂ ਲੋਕ ਦੁਖੀ ਹੋਏ ਨੇ ਉਹ ਵੀ ਇੱਕ ਮੈਟਰ ਕਰਦਾ ਹੈਗਾ ਕਿ ਪੰਜਾਬ ਦੇ ਲੋਕ ਕਿੰਨੇ ਕੀ ਖੁਸ਼ ਹੋਏ ਨੇ ਜਾਂ ਪੰਜਾਬ ਦੇ ਲੋਕ ਕਿੰਨੇ ਕੀ ਦੁਖੀ ਹੋਏ ਨੇ ਦਿੱਲੀ ਦੇ ਜਨਤਾ ਕੋ ਦਿੱਲੀ 'ਚ ਅਰਵਿੰਦ ਕੇਜਰੀਵਾਲ ਤਿੰਨ ਵਾਰ ਮੁੱਖ ਮੰਤਰੀ ਬਣੇ ਦਿੱਲੀ ਦੇ ਜਿਹੜੇ ਲੋਕ ਨੇ ਉਹ ਕਿੰਨੇ ਖੁਸ਼ ਹੋਏ ਨੇ ਉਹ ਕਿੰਨੇ ਦੁਖੋਏ ਨੇ ਇਹ ਵੀ 31 ਤਰੀਕ ਨੂੰ ਜਿਹੜੀ ਸਥਿਤੀ ਉਹ ਸਪਸ਼ਟ ਹੋ ਜਾਣੀ ਹੈਗੀ ਤੁਸੀਂ ਇੱਕ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਕਿ ਜੇ ਇਹ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਿਬ ਤੇ ਰਾਸ਼ਟਰਪਤੀ ਸ਼ਾਸਨ ਲਾ ਸਕਦਾ ਹੈਗਾ ਕਿੰਨੀ ਕੁ ਮਜਬੂਰੀ ਹੈਗੀ ਹੈ ਕਿ ਜੋ ਤੱਕ ਇਹ ਆਪਣਾ ਮੰਨ ਲਿਆ ਜਾਏ ਇਹਨਾਂ ਨੇ ਆਪਣੀ ਸੱਚੀ ਚ ਨਹੀਂ ਛੱਡਦੇ ਹੈਗੇ ਕੁਰਸੀ ਛੱਡ ਨਹੀਂ ਦੇ ਜੋ ਲੱਗ ਰਿਹਾ ਹੈ ਜੋ ਵੀ ਦੇ ਬਿਆਨ ਬਿਆਜੀ ਉਹਨਾਂ ਵੱਲੋਂ ਹੋ ਰਹੀ ਹੈ ਇਹ ਸਰਕਾਰ ਜਿਹਨਾਂ ਵੱਲੋਂ ਜੇਲ੍ਹ ਵਿੱਚ ਚਲਾਵਾਂਗੇ ਤੁਹਾਨੂੰ ਕੀ ਲੱਗਦਾ ਕਿ ਇਹ ਮੌਕਾ ਦੇ ਰਹੇ ਨੇ ਇਹਨਾਂ ਨੂੰ ਬੀਜੇਪੀ ਨੂੰ ਜਾਂ ਸੈਂਟਰ ਨੂੰ ਰਾਸ਼ਟਰਪਤੀ ਸੱਜ ਲਗਾਉਣ ਵਾਸਤੇ ਦੇਖੋ ਹੁਣ ਸਵਾਲ ਇਹ ਹੈ ਕਿ ਜੇਲ੍ਹ ਦੇ ਵਿੱਚ ਸੰਵਿਧਾਨ ਦੇ ਵਿੱਚ ਤੇ ਲਿਖਿਆ ਨਹੀਂ ਹੈਗਾ ਕਿ ਜੇ ਕੋਈ ਮੁੱਖ ਮੰਤਰੀ ਫੜਿਆ ਜਾਂਦਾ ਹੈਗਾ ਤੇ ਉਹ ਜੇਲ੍ਹ ਚੋਂ ਨਹੀਂ ਸਰਕਾਰ ਚਲਾ ਸਕਦਾ ਲੇਕਿਨ ਇੱਕ ਬੰਦੇ ਦੀ ਇੱਕ ਨੈਤਿਕਤਾ ਹੁੰਦੀ ਹੈ ਨੈਤਿਕਤਾ ਤੋਂ ਵੱਡਾ ਤੇ ਕੋਈ ਹੋਰ ਕਾਨੂੰਨ ਨਹੀਂ ਨਾ ਹੁੰਦਾ ਜੇ ਆਪਣੇ ਸੈਲਫ ਰੈਗੂਲੇਸ਼ਨ ਦੀ ਗੱਲ ਕੀਤੀ ਜਾਵੇ ਤੇ ਹੁਣ ਸਵਾਲ ਹੈ ਕਿ ਕੀ ਤੁਸੀਂ ਉੱਥੇ ਕਿਵੇਂ ਤੁਹਾਡਾ ਡੇਲੀ ਜਿਹੜਾ ਅਫਸਰ ਆ ਮੰਨ ਲਓ ਜਿਹੜਾ ਵੀ ਤੁਹਾਡਾ ਪ੍ਰਿੰਸੀਪਲ ਸੈਕਟਰੀ ਟੂ ਸੀਐਮ ਹੋਏਗਾ ਉਹ ਡੇਲੀ ਫਾਈਲਾਂ ਲੈ ਕੇ ਤੁਹਾਡੇ ਕੋ ਕਿਵੇਂ ਆਏਗਾ ਕੀ ਤੁਸੀਂ ਦਿੱਲੀ ਇੱਕ ਮਹੱਤਵਪੂਰਨ ਸਟੇਟ ਹੈ ਚਾਹੇ ਛੋਟਾ ਸਟੇਟ ਆ ਪੂਰਨ ਸੂਬਾ ਨਹੀਂ ਆ ਅਧੂਰਾ ਸੂਬਾ ਵਾ ਜਿਹੜੀਆਂ ਵੀ ਫਾਈਲਾਂ ਤੁਹਾਡੇ ਕੋ ਆਉਂਦੀਆਂ ਉਹ ਰੋਜ਼ ਜਿਹੜਾ ਪ੍ਰਿੰਸੀਪਲ ਸੈਕਟਰੀ ਟੂ ਸੀਐਮ ਹੁੰਦਾ ਉਹ ਤੁਹਾਡੇ ਕੋ ਰੋਜ਼ ਫਾਈਲਾਂ ਲੈ ਕੇ ਆਇਆ ਕਰੂਗਾ ਉਹ ਦਿਨ ਚ ਕਿੰਨੀ ਵਾਰ ਆਇਆ ਕਰੂਗਾ ਤੇ ਕੀ ਜੇਲ ਅਥਾਰਟੀ ਪਰਕਰ ਹੈ ਹਾਲਾਂਕਿ ਜੇਲ ਡਿਪਾਰਟਮੈਂਟ ਇਹਨਾਂ ਦੇ ਅੰਦਰ ਹੀ ਆ ਦਿੱਲੀ ਜੇਲ ਡਿਪਾਰਟਮੈਂਟ ਇਹਨਾਂ ਦੇ ਅੰਦਰ ਹੈ ਉਹ ਫਿਰ ਕੀ ਇੱਕ ਲੀਗਲ ਤੁਸੀਂ ਮੰਨ ਸਕਦੇ ਏਦਾਂ ਦੇ ਇੱਕ ਸੰਵਿਧਾਨਿਕ ਗੈਰ ਸੰਵਿਧਾਨਿਕ ਹੈ ਤੇ ਫਿਰ ਕੀ ਜੇਲ੍ਹ ਦੇ ਵਿੱਚ ਕੈਬਨਿਟ ਮੀਟਿੰਗ ਹੋਇਆ ਕਰੇਗੀ ਆ ਜਿਹੜੀ ਮੰਤਰੀ ਨੇ ਉਹਨਾਂ ਨੇ ਵੀ ਅੱਜ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਵੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਸਨੇਹਾ ਹੈ ਵੀ ਮੈਨੂੰ ਡਾਇਰੈਕਸ਼ਨ ਦਿੱਤੀਆਂ ਨੇ ਵੀ ਪਾਣੀ ਦੀ ਸਪਲਾਈ ਘਟਰੀ ਨਾ ਚਾਹੀਦੀ ਜਿੰਨੇ ਟੈਂਕਰ ਮੰਗਾ ਸਕਦੇ ਹੋ ਓਨੇ ਟੈਂਕਰ ਮੰਗਾਓ ਇਹ ਤੇ ਹੁਣ ਸਟੇਟਮੈਂਟ ਹੈ ਕਿ ਜਦੋਂ ਕੇਜਰੀਵਾਲ ਨਹੀਂ ਫੜੇਗੇ ਉਦੋਂ ਕੀ ਗੱਲ ਉਹ ਤੇ ਪਾਣੀ ਨਹੀਂ ਮਿਲਦਾ ਸੀ ਇਹਤੇ ਲੋਕਾਂ ਨੂੰ ਜੋੜਨ ਵਾਲੀਆਂ ਗੱਲਾਂ ਹੈ ਕਿ ਮੈਨੂੰ ਆਤਿਸ਼ੀ ਕਹਿੰਦੀ ਕਿ ਮੈਨੂੰ ਸਨੇਹਾ ਦੇਤਾ ਉਹਨਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਮੈਡਮ ਨੇ ਵੀ ਸੰਦੇਸ਼ ਪੜਿਆ ਕੇਜਰੀਵਾਲ ਸਾਹਿਬ ਦੇ ਉਹ ਲੋਕੀ ਤੋਂ ਵੀ ਫੋਟੋਆਂ ਵਾਇਰਲ ਹੋ ਰਹੀਆਂ ਨੇ ਕਿ ਜਿਹੜੇ ਸੁਨੀਤਾ ਕੇਜਰੀਵਾਲ ਮੈਡਮ ਨੇ ਉਹ ਉਸ ਕੁਰਸੀ ਤੇ ਬੈਠੇ ਨੇ ਜਿਹੜੇ ਕੁਸਰੀ ਤੇ ਘਰੋਂ ਬੈਠ ਕੇ ਕੇਜਰੀਵਾਲ ਸਾਹਿਬ ਸੰਦੇਸ਼ ਦਿੰਦੇ ਰਹੇ ਨੇ ਕਿਉਂਕਿ ਉਹੋ ਹੀ ਕੁਰਸੀ ਆ ਉਹੋ ਟੇਬਲ ਆ ਖੱਬੇ ਪਾਸੇ ਸ਼ਿਰੀਆਜ਼ਮ ਸਰਦਾਰ ਭਗ ਸਿੰਘ ਦੀ ਫੋਟੋ ਲੱਗੀ ਹੈ ਸੱਜੇ ਪਾਸੇ ਬਾਬਾ ਸਾਹਿਬ ਦੀ ਫੋਟੋ ਲੱਗੀ ਹੈ ਨਾ ਹੁਣ ਇੱਕ ਮੁੱਖ ਮੰਤਰੀ ਆ ਉਹਦੇ ਸਨੇਹੇ ਲੋਕਾਂ ਤੱਕ ਕਿੰਨੇ ਲੋਕ ਉਹਨਾਂ ਸਨੇਹਾ ਨੂੰ ਕਿੰਨਾ ਹਜ਼ਮ ਕਰਦੇ ਨੇ ਉਹ ਮਹੱਤਵਪੂਰਨ ਇੱਕ ਕੇਦਰੀਵਾਲ ਦੇ ਮੂੰਹੋਂ ਕਹੀ ਹੋਈ ਗੱਲ ਕਿੰਨੀ ਮਹੱਤਵਪੂਰਨ ਸਦਿਤ ਇੱਕ ਉਹਦੀ ਗੱਲ ਕਿਸੇ ਹੋਰ ਦੇ ਮੂੰਹੋਂ ਕਹੀ ਹੋਈ ਗੱਲ ਕਿੰਨੀ ਕੀ ਮਾਇਨੇ ਰੱਖਦੀ ਨਾ ਇਹ ਹੁਣ ਸਵਾਲ ਹੈ ਕਿ ਬਹੁਤੇ ਲੋਕਾਂ ਨੂੰ ਦਿੱਲੀ ਦੇ ਲੋਕਾਂ ਨੂੰ ਆਪਣੇ ਨਾਲ ਜੋੜਨ ਵਾਸਤੇ ਆਪਣੇ ਨਾਲ ਹਮਦਰਦੀ ਜਤੌਣ ਵਾਸਤੇ ਗ੍ਰੈਂਡ ਕਰਨ ਵਾਸਤੇ ਕਿ ਮੈਂ ਤੁਹਾਡਾ ਲੀਡਰਾਂ ਤੁਹਾਡੇ ਵਰਗਾ ਉਹਨਾਂ ਦੀ ਸਟੇਟਮੈਂਟ ਤੁਹਾਨੂੰ ਪ੍ਰਾਨੀਵੇਂ ਛਾਪ ਰਹੀਆਂ ਦਿਖਾਈਆਂ ਜਾ ਰਹੀਆਂ ਕੇਜਰੀਵਾਲ ਸਾਹਿਬ ਦੀ ਕੇ ਮੋਦੀ ਸਾਹਿਬ ਨੂੰ ਚੈਲੰਜ ਕਰ ਰਹੇ ਨੇ ਕਿ ਤੁਹਾਡੇ ਕੋ ਬਹੁਤ ਸਾਰੇ ਲੋਕ ਡਰ ਗਏ ਹੋਣਗੇ ਪਰ ਮੈਂ ਉਸ ਮਿੱਟੀ ਦਾ ਬਣਿਆ ਹੈਗਾ ਨਾ ਮੈਂ ਸੀਬੀਆਈ ਤੋਂ ਡਰਦਾ ਨਾ ਮੈਂ ਈਡੀ ਤੋਂ ਡਰਦਾ ਨਾ ਦੇ ਤੋਂ ਡਰਦਨ ਉਹ ਸਾਰੀਆਂ ਹੁਣ ਆਮ ਆਦੀ ਪਾਰਟੀ ਉਹ ਪੁਰਾਣੀਆਂ ਵੀਡੀਓ ਵਾਇਰਲ ਕਰ ਰਹੀਆਂ ਨੇ ਹੁਣ ਇਹ ਸਾਰਾ ਸਵਾਲ ਹੈ ਕਿ ਕੀ ਜੇ ਉਹ ਲਗਾਤਾਰ ਨਹੀਂ ਛੱਡਦੇ ਮਤਲਬ ਹੁਣ 6 ਦਿਨ ਦਾ ਰਿਮਾਂਡ ਉਸ ਤੋਂ ਬਾਅਦ ਫਿਰ 4 ਦਿਨ ਦਾ ਰਿਮਾਂਡ ਹੋ ਗਿਆ ਜਾਂ ਫਿਰ ਉਸ ਤੋਂ ਬਾਅਦ ਸੀਬੀਆਈ ਦੀ ਐਂਟਰ ਹੋ ਗਈ ਸੀਬੀਆਈ ਆਪਣੇ ਇੱਕ ਰਿਮਾਂਡ ਮੰਗੇਗੀ ਕੀ ਇੱਕ ਮੁੱਖ ਮੰਤਰੀ ਜਿਨ੍ਹਾਂ ਨੇ ਸੰਵਿਧਾਨ ਦੀ ਸੌਂਖ ਖਾਦੀ ਆ ਕੀ ਉਹ ਜੇਲ੍ਹ ਚੋਂ ਬੈਠ ਕੇ ਸਰਕਾਰ ਚਲਾਣਗੇ ਮੈਨੂੰ ਇਹ ਲੱਗਦਾ ਜਾਂ ਹੋ ਸਕਦਾ ਜਿਹੜੇ ਇਸ ਮਸਲਿਆਂ ਦੇ ਮਾਹਿਰ ਲੋਕ ਨੇ ਜਿਹੜੇ ਸੰਵਿਧਾਨ ਦੇ ਮਾਇਰ ਲੋਗ ਨੇ ਉਹਨੂੰ ਸੁਪਰੀਮ ਕੋਰਟ ਚ ਬੈਸਾ ਆਉਣ ਗਿਆ ਇੱਕ ਵੱਖਰੀ ਡਿਬੇਟ ਦਾ ਵਿਸ਼ਾ ਬਣ ਗਿਆ ਵਾ ਤੇ ਉਹਦੇ ਚਲਾਦਾ ਕਿ ਜੇ ਇਦਾਂ ਦੇ ਇਹਨਾਂ ਨੇ ਆਪਣੀ ਕੁਰਸੀ ਨਾ ਛੱਡੀ ਲੋਕੀ ਇਹ ਵੀ ਕਹਿਣਗੇ ਕਿ ਅਰਵਿੰਦ ਕੇਜਰੀਵਾਲ ਸਭ ਕੁਰਸੀ ਦੇ ਭੁੱਖੇ ਨੇ ਲਾਲਚੀ ਨੇ ਵੀ ਜੇ ਮੁਸੀਬਤ ਬਈ ਕੁਰਸੀ ਨਹੀਂ ਛੱਡੀ ਹਿਮੰਤ ਸ਼ਰੇਨ ਜਿਹੜੇ ਝਾਰਖੰਡ ਦੇ ਮੁੱਖ ਮੰਤਰੀ ਇੱਕ ਪੂਰਨ ਰੂਪ ਚ ਸੂਬਾਗਾ ਉਹਨਾਂ ਨੂੰ ਵੀ ਈਡੀ ਨੇ ਗ੍ਰਿਫਤਾਰ ਕੀਤਾ ਉਹਨਾਂ ਨੇ ਵੀ ਕੁਰਸੀ ਛੱਡੀ ਆਪਣੇ ਇੱਕ ਸਾਥੀ ਨੂੰ ਸੀਐਮ ਬਣਾ ਦਿੱਤਾ ਤੇ ਕੇਜਰੀਵਾਲ ਸਾਬ ਵੀ ਐਗਜ਼ੈਂਪਲ ਸੈੱਟ ਕਰਨਾ ਚਾਹੇ ਉਹ ਆਤਸ਼ੀ ਨੂੰ ਬਣਾ Да. ਚਾਹੇ ਉਹ ਗੋਪਾਲ ਰਾਏ ਸਾਹਿਬ ਨੂੰ ਬਣਾਉਣ ਚਾਹੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੂੰ ਬਣਾਉਣ ਬਣਾਉਣੀ ਚਾਹੀਏ ਇਹ ਤਿੰਨਾਂ ਨੂੰ ਨਹੀਂ ਬਣਾਉਂਦੇ ਪਰਿਵਾਰ ਚ ਕੁਰਸੀ ਘਰ ਚ ਕੁਰਸੀ ਰੱਖ ਲੋ ਤੁਸੀਂ ਮੈਡਮ ਸੁਨੀਤਾ ਕੇਜਰੀਵਾਲ ਨੂੰ ਮੁੱਖ ਮੰਤਰੀ ਬਣਾ ਦੋ 6 ਮਹੀਨੇ ਤੱਕ ਕੋਈ ਵੀ ਦੇਸ਼ ਦਾ ਆਮ ਨਾਗਰਿਕ ਉਹ ਮੰਤਰੀ ਵੀ ਬਣ ਸਕਦਾ ਉਹ ਮੁੱਖ ਮੰਤਰੀ ਵੀ ਬਣ ਸਕਦਾ ਉਹ ਪ੍ਰਧਾਨ ਮੰਤਰੀ ਵੀ ਬਣ ਸਕਦਾ ਤੇ ਇਸ ਕਰ ਤੁਸੀਂ ਜੇ ਤਿੰਨਾਂ ਚੋਂ ਕਿਸੇ ਨੂੰ ਦਿਨ ਜੇ ਤੁਹਾਨੂੰ ਉਹਦੇ ਤੇ ਤੁਹਾਡਾ ਕੋਈ ਵਿਸ਼ਵਾਸ ਪਾਤਰ ਨਹੀਂ ਹੈ ਤੇ ਤੁਸੀਂ ਆਪਣੀ ਮਿਸਿੰਗ ਨੂੰ ਸੀਐਮ ਬਣਾ ਸਕਦੇ ਪਰ ਜੇ ਤੁਸੀਂ ਇਹ ਕੁਰਸੀ ਦਾ ਲਾਲਚ ਨਾ ਛੱਡਿਆ ਇਹਦਾ ਮਤਲਬ ਹੈ ਕਿ ਤੁਸੀਂ ਵੀ ਵੀ ਕੁਰਸੀ ਦੇ ਭੁਕੇ ਸਾਥਤ ਹੋ ਜੂਗੇ ਬੀਜੇਪੀ ਮੌਕ ਬੀਜੇਪੀ ਨੂੰ ਮੌਕਾ ਮਿਲੂਗਾ ਜਾਂ ਹੋਰ ਪਾਰਟੀਆਂ ਨੂੰ ਮੌਕਾ ਮਿਲੂਗਾ ਤੇ ਉਸ ਤੋਂ ਬਾਅਦ ਜਿਹੜੇ ਰਾਸਤਾ ਹੌਲੀ ਹੌਲੀ ਸੈਂਟਰ ਸਰਕਾਰ ਨੂੰ ਕਿਉਂਕਿ ਦਿੱਲੀ ਦੇ ਤੇ ਲੈਫਟੀਨੈਂਟ ਗਵਰਨਰ ਨੇ ਸੈਂਟਰ ਸਰਕਾਰ ਨੂੰ ਲੈ ਕੇ ਪੇਜ ਦੇ ਭੇਜ ਦੇਣਗੇ ਕਿ ਹਾਲਾਂਕਿ ਦਿੱਲੀ ਕਾਨੂੰਨ ਵਿਵਸਥਾ ਇੱਕ ਮਸਲਾ ਲੇਕਿਨ ਆ ਜਿਹੜਾ ਸੰਵਧਾਨਿਕ ਕ੍ਰਾਈਸਿਸ ਆ ਹੋ ਸਕਦਾ ਹੈ ਕਿ ਫਿਰ ਇਹ ਲੀਗਲ رائے ਲੈ ਕੇ ਦਿੱਲੀ ਦੇ ਵਿੱਚ ਜਿਵੇਂ ਫਿਰ ਬਾਅਦ ਚ ਹੋ ਸਕਦਾ ਹੈ ਕਿ ਰਾਸ਼ਟਰਪਤੀ ਰਾਜ ਵੀ ਲੱਗ ਸਕਦਾ ਹੈ ਜੇ ਇਹਨਾਂ ਨੇ ਜੇ ਜੋ ਬੈਠ ਕੇ ਸਰਕਾਰ ਚਲਾਉਣ ਦੀ ਕੋਸ਼ਿਸ਼ ਕੀਤੀ ਸੰਗਰੂੜ ਦੇ ਵਿੱਚ 22 ਦੇ ਕਰੀਬ ਮੋਤਾ ਹੋ ਗਏ ਨੇ ਜਰੀਲੀ ਸ਼ਰਾਬ ਪੀ ਕਰਕੇ ਅੱਜ ਪ੍ਰੈਸ ਕਾਨਫਰੰਸ ਹੁੰਦੀ ਹੈ ਡੀਸੀ ਕਰਦੇ ਨੇ ਨਾਲ ਬੈਠਦੇ ਨੇ ਪਟਿਆਲਾ ਰੇਂਜ ਦੇ ਡੀਆਈਜੀ ਐਚਐਸ ਪੁੱਲਰ ਸਾਹਿਬ ਐਚਐਸ ਪੁੱਲਰ ਸਾਹਿਬ ਨੇ ਬੇਨਤੀ ਕਰ ਦਿੱਤੀ ਹੈ ਲੋਕਾਂ ਨੂੰ ਸਭ ਤੋਂ ਵੱਡੀ ਗੱਲ ਇਹ ਕਿ ਪੁਲਿਸ ਵਾਲੇ ਬੇਨਤੀਆਂ ਉਹਦੋਂ ਕਰ ਰਹੇ ਜਦੋਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਆਪ ਚਲ ਗਏ ਉਹ ਅੱਜ ਹੀ ਉਹ ਦਿੱਲੀੋਂ ਡਾਇਰੈਕਟ ਗਏ ਦਿੱਲੀੋਂ ਸਿੱਧਾ ਉਹ ਆਪਣੇ ਸੰਗਰੂਚ ਗਏ ਉਹਨਾਂ ਨੇ ਕਿਹਾ ਕਿ ਮੈਂ ਤੁਹਾਡੇ ਵਰਗਾ ਮੈਂ ਉਹ ਵਾਂ ਤੁਸੀਂ ਮੈਨੂੰ ਬਣਾਇਆਗਾ ਤੁਸੀਂ ਮੇਰੇ ਭੈਣ ਭਰਾਓ ਮੇਰੇ ਚਾਚੇ ਤਾਇਓ ਤੁਹਾਡੇ ਪਿੰਡ ਦਿੜਬੇ ਦੀਆਂ ਜਿਹੜੀਆਂ ਗੁਜਰਾ ਪਿੰਡ ਦੀਆਂ 10-12 ਕੁੜੀਆਂ ਨੇ ਜਿਹੜੇ ਸਾਡੇ ਸਤੋਜ ਦੇ ਵਿੱਚ ਵਿਆਹੀਆਂ ਨੇ ਸਾਡੀਆਂ ਰਿਸ਼ਤੇਦਾਰੀਆਂ ਉਹ ਜਿਹੜੀਆਂ ਉਹਨਾਂ ਨੇ ਭਗਵੰਤ ਮਾਨ ਸਾਹਮਣੇ ਗੱਲਾਂ ਕੀਤੀਆਂ ਹੁਣ ਸਵਾਲ ਹੈ ਕਿ ਉੱਥੇ ਮੁੰਡਿਆਂ ਨੇ ਕਿਹਾ ਕਿ ਚਿੱਟਾ ਵੀ ਬਹੁਤ ਵਿਕਦਾ ਹੁਣ ਇੱਕ ਸਟ ਦੇ ਸੀਐਮ ਸਾਹਿਬ ਕਹਿ ਰਹੇ ਕਿ ਸਾਨੂੰ ਦੱਸੋ ਪਰ ਮੈਨੂੰ ਇਹ ਲੱਗਦਾ ਕਿ ਸੀਐਮ ਸਾਹਿਬ ਨੂੰ ਮੈਨ ਬੰਨ ਕੇ ਚੱਲਦਾ ਕਿ ਨਹੀਂ ਪਤਾ ਹੋਊਗਾ ਪਰ ਕੀ ਉਸ ਇਲਾਕੇ ਦੇ ਐਸਐਚਓ ਨੂੰ ਨਹੀਂ ਪਤਾਗਾ ਚਿੱਟਾ ਵਿਜੇ ਉੱਥੋਂ ਦੇ ਮੁੰਡੇ ਅਜ ਨੌਜਵਾਨ ਮੁੱਖ ਮੰਤਰੀ ਨੂੰ ਅੱਖਾਂ ਚੱਖਾਂ ਪਾ ਕੇ ਕਹਿ ਰਹੇ ਨੇ ਕਿ ਇੱਥੇ ਸ਼ਰਾਬ ਛੱਡੋ ਚਿੱਟੇ ਦੇ ਨਾਲ ਵੀ ਮੁੰਡੇ ਮਰੇ ਆ ਗਏ ਨੇ ਇਹਦਾ ਮਤਲਬ ਆ ਕਿ ਤੁਹਾਡੇ ਉੱਥੇ ਪੁਲਿਸ ਤੇ ਤੁਹਾਡਾ ਜਿਹੜੇ ਉੱਥੋਂ ਦੇ ਲੋਕ ਪੋਲਿਟੀਕਲ ਲੋਕ ਨੇ ਉਹ ਕੰਮ ਨਹੀਂ ਕਰ ਰਹੇ ਜਾਂ ਮਿਲੇ ਹੋਏ ਨੇ ਹੁਣ ਇੱਕ ਮੁੱਖ ਮੰਤਰੀ ਨੂੰ ਮੁੰਡੇ ਨੌਜਵਾਨ ਪੁੱਛ ਰਹੇ ਦੱਸ ਰਹੇ ਨੇ ਤੇ ਹੁਣ ਉਸ ਤੇ ਕਾਰਵਾਈ ਹੋਣੀ ਚੇਦੀ ਮੁੰਡਿਆ ਕੋ ਪੁੱਛ ਲੈਣਾ ਚਾਹੀਦਾਗਾ ਪਰ ਡਰਦੇ ਲੋਕ ਬੋਲਦੇ ਵੀ ਨਹੀਂ ਕਿ ਹੋ ਸਕਦਾ ਕਿ ਉਹ ਇਸ ਕਰਕੇ ਨਾ ਪੁਲਿਸ ਨੂੰ ਦੱਸਿਆ ਹੋਵੇ ਕਿ ਪੁਲਿਸ ਵਾਲੇ ਅੱਜਕੱਲ ਕੀ ਕਰਦੇ ਨੇ ਜਿਹੜੇ ਤਸਕਰ ਆਗੇ ਨੇ ਉਹਨਾਂ ਨੂੰ ਗਾਂਹ ਦੱਸ ਦਿੰਦੇ ਨੇ ਪੁਲਿਸ ਤੇ ਇਲਜ਼ਾਮ ਲੱਗਦੇ ਨੇ ਲੋਕੀ ਕਹਿੰਦੇ ਨੇ ਹੁਣ ਉਸ ਮਸਲੇ ਦੇ ਵਿੱਚ ਅੱਜ ਸੀਐਮ ਸਾਹਿਬ ਗਏ ਨੇ ਲੋਕਾਂ ਨੂੰ ਮਿਲੇ ਨੇ ਲੋਕਾਂ ਦੇ ਦਰਦ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਹੌਸਲਾ ਦਿੱਤਾ ਦਿਲਾਸਾ ਦਿੱਤਾ ਇਹ ਵੀ ਕਹਿ ਕੇ ਅਸੀਂ ਮਸਾਲੀ ਸਜ਼ਾ ਦੇਵਾਂਗੇ ਬੰਦੇ ਕਾਫੀ ਫੜ ਲਿਆ ਗਏ ਨੇ 302 ਦੇ ਤਹਿਤ ਮੁਕੱਦਮਾ ਦਰਜ ਕਰ ਲਓ ਉਹਦੇ ਵੀ ਕਹਿੰਦੇ ਕਿ ਪਿਛਲੇ ਆਉਂਦੇ ਨਹੀਂ ਸੀ ਪਿਛਲੇ ਮੇਲੇ ਕੁੰਡੀਆਂ ਲਾਲ ਲੈਂਦੇ ਸੀ ਅੰਦਰੋਂ ਇਸ ਵਾਰ ਲੋਕਾਂ ਨੇ ਬਾਹਰੋਂ ਲਾਤੀ ਉਹ ਲੋਕਾਂ ਦੇ ਨਾਲ ਗੱਲਾਂ ਦੇ ਨਾਲ ਖੇਡਦੇ ਨੇ ਜਜਬਾਤੀ ਲੋਕਾਂ ਨੂੰ ਕਰਤਾ ਵਾ ਪਰ ਉਹਦਾ ਰਿਜ਼ਲਟ ਹੁਣ 24 ਦੀਆਂ ਲੋਕ ਸਭਾ ਚ ਪਤਾ ਲੱਗ ਜੂਗਾ ਕਿ ਜਿਨ੍ਹਾਂ ਦੇ ਘਰ ਉਜੜ ਗਏ ਨੇ ਔਰ ਸਭ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਸੇ ਦਾ ਆਰਥਿਕ ਤੌਰ ਤੋਂ ਜ਼ਿਆਦਾ ਨਾ ਕਿਸੇ ਜਾਨੀ ਨੁਕਸਾਨ ਵੀ ਹੋ ਜਾਂਦਾ ਕਿਉਂਕਿ ਲੋਕਾਂ ਕੋਈ ਤਾਂ ਇੱਕ ਰੋਜੀ ਰੋਟੀ ਦਾ ਸਾਧਨ ਹੀ ਜਿਹੜੇ ਬੰਦੇ ਮਾਰੇ ਗਏ ਨੇ ਹੁਣ ਸਵਾਲ ਹੈ ਕਿ ਹੁਣ ਪੁਲਿਸ ਭੱਜੀ ਫਿਰਦੀ ਹੈਗੀ ਪਹਿਲਾਂ ਜਿਹੜੇ ਸੰਗਰੂਰ ਦੇ ਐਸਐਸਪੀ ਜਾਂ ਸੰਗਰੂਰ ਦੇ ਡੀਐਸਪੀ ਐਸਐਚਓ ਐਕਸਾਈਜ਼ ਵਾਲੇ ਕਿੱਥੇ ਗਏ ਸੀ ਪੋਲ ਜਿਹੜਾ ਸੰਗਰੂਰ ਦੇ ਵਿੱਚ ਜਿਹੜੇ ਲੋਕ ਨੇ ਜ਼ਿੰਮੇਵਾਰ ਕੁਰਸੀਆਂ ਦੇ ਬੈਠੇ ਉਹ ਪਹਿਲਾਂ ਅੰਨੇ ਕਿਉਂ ਸੀ ਉਹ ਪਹਿਲਾਂ ਗੂੰਗੇ ਕਿਉਂ ਸੀ ਉਹ ਪਹਿਲਾਂ ਬੋਲੇ ਕਿਉਂ ਸੀ ਪਟਿਆਲੇ ਵਾਲੇ ਡੀਆਈਜੀ ਤੇ ਹਰਚੰਦ ਸਿੰਘ ਭੁੱਲਰ ਹੋਣ ਗਏ ਨਾ ਜੀ ਉਹਨਾਂ ਨੂੰ ਹੁਣੇ ਮੌਕੇ ਮਿੱਤਾ ਡੀਆਈਜੀ ਪਟਿਆਲਾ ਰੇਂਜ ਲਾਇਆ ਪਰ ਡੀਆਈਜੀ ਕੋਲ ਤਾਂ ਤਿੰਨ ਜ਼ਿਲ੍ਹੇ ਨੇ ਪਰ ਸਵਾਲ ਇਹ ਜਿਹੜੀ ਲੋਕਲ ਪੁਲਿਸ ਕੀ ਕਰਦੀ ਰਹੀ ਲੋਕਲ ਐਕਸਾਈਜ਼ ਮਹਿਗਮਾ ਕੀ ਕਰਦਾ ਰਿਹਾ ਮਤਲਬ ਇਹਦਾ ਸ਼ਰਯਾਮ ਲੋਕੀ ਕਹਿ ਰਹੇ ਨੇ ਕਿ ਮਿਲੇ ਹੋਏ ਸੀ ਨਹੀਂ ਤੇ ਇੰਨੇ ਬੰਦੇ ਮਰ ਕਿਵੇਂ ਗਏ ਹੈਗੇ ਨੇ ਔਰ ਹੁਣ ਪੁਲਿਸ ਵਾਲੇ ਕਹਿੰਦੇ ਕਿ ਅਸੀਂ ਬੇਨਤੀਆਂ ਕਰਦੇ ਨੇ ਬੇਨਤੀਆਂ ਕਰਨੀਆਂ ਪੈ ਰੀਆਂ ਤੁਹਾਨੂੰ ਹੁਣ ਕੁਰਸੀਆਂ ਦਾ ਡਰ ਪੈ ਗਿਆ ਨਾ ਤੁਸੀਂ ਪਹਿਲਾਂ ਕਿਉਂ ਨਹੀਂ ਕਾਰਵਾਈ ਕੀਤੀ ਹੈਗੀ ਹੁਣ ਇਹ ਪੁਲਿਸ ਅਫਸਰਾਂ ਦੀ ਜਿਹੜੇ ਸੰਗਰੂਰ ਦੇ ਲਾਪਰਵਾਹੀ ਕਹ ਲੋ ਨਲਾਕੀ ਕਹ ਲੋ ਮਿਲੀਪੂ ਗੁਤਕੈਲ ਹੁਣ ਉਹ ਵੱਡਿਆਂ ਨੂੰ ਭੁਗਤ ਨਹੀਂ ਪੈ ਰਹੀ ਉਹ ਵੱਡਿਆਂ ਦੇ ਰੂਪ ਚ ਭਾਵੇਂ ਹਰ ਚਰਨ ਭੁੱਲਰ ਹੋਵੇ ਚਾਹੇ ਉਹਦੇ ਚ ਹੁਣ ਮੁੱਖ ਮੰਤਰੀ ਭਗਵੰਤ ਹਨ ਕਿਉਂਕਿ ਜਵਾਬ ਦੇ ਇਹਨਾਂ ਦੀ ਹੋ ਰਹੀ ਹੈ ਕਿਉਂਕਿ ਪਟਿਆਲਾ ਜਿਹੜੀ ਸੰਗਰੂਰ ਆ ਉਹ ਪਟਿਆਲਾ ਡੀਆਈਜੀ ਰੇਂਜ ਦੇ ਅੰਦਰ ਆਉਂਦਾ ਤੇ ਇਸ ਕਰਕੇ ਹੁਣ ਕਿਉਂਕਿ ਇੱਕ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਦੀ ਗਵਾਈ ਚ ਐਸਆਈਟੀ ਬਣਾ ਦਿੱਤੀ ਹੈਗੀ ਐਸਆਈਟੀ ਦੇ ਵਿੱਚੋਂ ਕੁਝ ਨਿਕਲਣਾ ਨੁਕਲਣਾ ਤਾਂ ਹੈ ਨਹੀਂ ਆ ਪੁਲਿਸ ਵਾਲਿਆਂ ਨੇ ਜਿੰਨਾ ਪਹਿਲਾਂ ਐਸਆਈਟੀ ਬਣੀ ਉਹਨਾਂ ਨੇ ਕੀਤਾ ਕੀ ਹੈ ਕੁਝ ਨਹੀਂ ਕੀਤਾ ਹੈਗਾ ਹੁਣ ਸਵਾਲ ਇਸ ਮਸਲੇ ਚ ਇਹ ਹੈ ਲੋਕਾਂ ਨੂੰ ਖੁਦ ਅਗਿਆਣਾ ਚਾਹੀਦਾ ਹੈਗਾ ਕਿ ਜਿਹੜੇ ਲੋਕਾਂ ਨੇ ਦਾਰੂ ਪੀਤੀ ਉਸ ਬ੍ਰਾਂਡ ਵਾਲੇ ਲੋਕਾਂ ਨੂੰ ਆਪ ਦਾਖਲ ਹੋ ਜਾਣਾ ਚਾਹੀਦਾ ਹੈਗਾ ਸਰਕਾਰ ਤੇ ਵੀ ਜਿੰਨਾ ਤੁਹਾਨੂੰ ਭਰੋਸਾ ਹੈਗਾ ਉਸ ਭਰੋਸੇ ਦੇ ਹਿਸਾਬ ਨਾਲ ਦੇਖ ਲੋ ਪਰ ਹੁਣ ਇਸ ਟਾਈਮ ਸਾਰੀਆਂ ਸਭ ਤੋਂ ਵੱਧ ਆ ਜਾਨਾਂ ਬਚਾਉਂਦੀ ਗੱਲ ਹੈ ਹੁਣ ਐਕਸਾਈਜ਼ ਮਹਿਕਮੇ ਦਾ ਇੱਕ ਐਕਟ ਹੈ ਹਾਲਾਂਕਿ ਲੋਕੀ ਕਹਿੰਦੇ ਨੇ ਪਿੱਛੇ ਜੇ ਕਈ ਸਾਲਾਂ ਤੋਂ ਕਾਲੀ ਸਰਕਾਰ ਵੇਲੇ ਕਾਂਗਰਸ ਸਰਕਾਰ ਵੇਲੇ ਵੀ ਕਿ ਕਈਆਂ ਨੇ ਮਤੇ ਪਾਸ ਕਰਤੇ ਸੀ ਕਿ ਸਾਡੇ ਪਿੰਡਾਂ ਦੇ ਵਿੱਚ ਸ਼ਰਾਬ ਦੇ ਠੇਕੇ ਨਾ ਖੋਲੇ ਜਾਣ ਹੁਣ ਐਕਸਾਈਜ਼ ਮਹਿਕਮੇ ਦਾ ਐਕਟ ਕੀ ਕਹਿੰਦਾ ਕਿ ਅਗਰ ਤੁਹਾਡੇ ਪਿੰਡ ਦਾ ਕੋਈ ਵੀ ਬੰਦਾ ਦੂਜੇ ਠੇਕੇ ਤੋਂ ਸ਼ਰਾਬ ਪੀਂਦਾ ਫੜਿਆ ਗਿਆ ਜਾਂ ਚੈੱਕ ਹੋ ਗਿਆ ਤੇ ਇਹਦਾ ਮਤਲਬ ਫੇਰ ਹੀ ਤੁਹਾਡੇ ਪਿੰਡ 'ਚ ਠੇਕਾ ਖੋਲ ਸਕਦੇ ਹੁਣ ਐਡਾ ਗੰਦਾ ਐਕਟ ਐਡਾ ਭੈੜਾ ਐਕਟ ਐਡਾ ਕਰਤੂਤੀ ਐਕਟ ਉਹਦੇ ਚ ਐਮੈਂਡਮੈਂਟ ਕਰੋ ਜਦ ਇੱਕ ਪੰਚਾਇਤ ਕਹਿ ਰਹੀ ਆ ਕਿ ਸਾਡੇ ਪਿੰਡ 'ਚ ਸ਼ਰਾਬ ਦਾ ਠੇਕਾ ਖੁੱਲਣਾ ਨਹੀਂ ਚਾਹੀਦਾ ਤੇ ਉਸ ਪਿੰਡ ਦਾ ਬੰਦਾ ਭਾਵੇਂ 100 ਕਿਲੋਮੀਟਰ ਸ਼ਰਾਬ ਪੀ ਕੇ ਆਵੇ ਜਾਂ 200 ਕਿਲੋਮੀਟਰ ਪੀ ਕੇ ਆਵੇ ਜਾਂ 2 ਕਿਲੋਮੀਟਰ ਤੋਂ ਪੀ ਕੇ ਤੁਸੀਂ ਉਸ ਪਿੰਡ 'ਚ ਕਿਉਂ ਠੇਕਾ ਖੋਲਦੇ ਨੇ ਪਰ ਸਰਕਾਰ ਨੂੰ ਕਮਾਈ ਆ ਚਾਹੇ ਉਹ ਅੰਗਰੇਜ਼ੀ ਸ਼ਰਾਬ ਹੋਵੇ ਚਾਹੇ ਦੇਸੀ ਸ਼ਰਾਬ ਕਿਉਂਕਿ ਮਹੀਨੇ ਪਰ ਇਹ ਜਿਹੜੀ ਸ਼ਰਾਬ ਕੱਢੀ ਗਈ ਇਹ ਤੇ ਸ਼ੁਕਰ ਕਰੀਏ ਕਿ 2022 ਬਹੁਤ ਮੌਤਾਂ ਹੋਈਆਂ ਨਾ ਇਹ ਤੇ 7-800 ਬੰਦੇ ਮਰ ਜਾਣੇ ਸੀ ਜੇ ਨਾ ਇਹ ਛੇਤੀ ਇਹ ਖਲਾਸੇ ਹੁੰਦੇ ਡੀਆਈਜੀ ਭੁੱਲਰ ਸਾਹਿਬ ਨੇ ਵੀ ਇਹੀ ਇੱਕ ਜਿਹੜੀ ਗੱਲ ਕਹੀ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਹਜੇ ਪਹਿਲਾ ਲਾਰਟ ਸੀਗਾ ਤੇ ਪਹਿਲਾ ਲਾਰਟ ਨਾਲ ਜਿਹੜੇ ਇਹ ਲੋਕਾਂ ਕੋਲ ਜਿਹੜੀ ਸਪਲਾਈ ਗਈ ਹੈ ਕੁਝ ਜਿਹਨਾਂ ਦੀ ਡੈਥ ਹੋ ਗਈ ਬਾਕੀ ਅਜੇ ਵੀ ਇਹ ਲਾਰਟ ਬਚਿਆ ਹੋਇਆ ਹੈ ਇਹਦਾ ਮਤਲਬ ਇੰਨਾ ਕਿੰਨਾ ਕਿ ਵੱਡਾ ਲਾਰਟ ਸੀਗਾ ਵੀ ਜੇ ਇ ਲਾਟ ਸਾਰੇ ਪੰਜਾਬ ਵਿੱਚ ਚਲਾ ਜਾਂਦਾ ਤੇ ਫਿਰ ਮੋਤਾਂ ਦੀ ਗਿਣਤੀ ਤਾਂ ਬਹੁਤ ਵੱਦਸ਼ਾ ਦੀ ਸੀ ਫਿਰ ਪੁਲਿਸ ਕੀ ਕਰ ਰਹੀ ਸੀ ਪੁਲਿਸ ਕੋਲ ਨੂੰ ਨਹੀਂ ਪਤਾ ਲੱਗਿਆ ਵੀ ਲਾਟ ਕਿੱਥੇ ਕਿੱਥੇ ਪਿਆ ਹੈਗਾ ਤੁਸੀਂ ਪੰਜਾਬ ਛੱਡੋ ਤੁਸੀਂ ਉਹ ਚਾਰ ਜ਼ਿਲ੍ਹੇ ਲਾਓ ਸੰਗਰੂਰ ਮਾਨਸਾ ਬਰਨਾਲਾ ਬਠਿੰਡਾ ਹੋ ਸਕਦਾ ਨਾਲ ਪਟਿਆਲਾ ਵੀ ਜੋੜ ਦੋ ਮਲੇਰਕੋਟਲਾ ਵੀ ਕੋਲੋ 6 ਜ਼ਿਲ੍ਹੇ ਲਾ ਲਓ 6 ਜ਼ਿਲ੍ਹਿਆਂ ਦੇ ਵਿੱਚ ਇੱਕ ਲਾਟ ਚਲਾ ਜਾਂਦਾ ਹੈਗਾ ਤੇ ਘੱਟੋ ਘੱਟ 1000-1500 ਬੰਦਾ ਮਰ ਜਾਣਾ ਸੀ ਜੇ ਜਵੀਆਂ ਘੰਟਿਆਂ ਦੇ ਵਿੱਚ ਇੰਨੇ ਬੰਦੇ ਮਰ ਗਏ ਕਿ ਤੇ ਜਿੱਥੇ ਜਿੱਥੇ दारू ਚੱਲੀ ਕਿਉਂਕਿ ਉਸ ਬੰਦੇ ਨੇ ਵੀ ਉਹਦੇ ਬੰਦੇ ਦੇ ਉੱਪਰ ਹੱਥ ਵੱਡੇ ਲੋਕਾਂ ਦਾ ਉਹ ਪੁਲਿਸ ਵਾਲੇ ਹੋ ਸਕਦੇ ਉਹ ਐਕਸਾਈਜ਼ ਵਾਲੇ ਹੋ ਸਕਦੇ ਉਹ ਸਿਆਸੀ ਲੀਡਰ ਹੋ ਸਕਦੇ ਉਸ ਬੰਦੇ ਦੀ ਇੰਨੀ ਹਿੰਮਤ ਤੇ ਯੁਰਤ ਤੇ ਉਹਦੀ ਔਕਾਤ ਏਡੀ ਵੱਡੀ ਨਹੀਂ ਹੋ ਸਕਦੀ ਜਦ ਤੱਕ ਉਹਦੇ ਸਿਰ ਤੇ ਹੱਥ ਨਾ ਹੋਵੇ ਉਹਦੇ ਸਿਰ ਤੇ ਹੱਥ ਵੱਡਿਆਂ ਦੇ ਉਹ ਪੁਲਿਸ ਫੜਨਾ ਨਹੀਂ ਚਾਹੁੰਦੀ ਤੇ ਨਾ ਪੁਲਿਸ ਦੀਆਂ ਲੱਤਾਂ ਦੇ ਵਿੱਚ ਜਾਨ ਹੈਗੀ ਆ ਉਹਨੂੰ ਫੜ ਨਹੀਂ ਸਕਦੇ ਹੈਗੇ ਵੀ ਉਹਦੇ ਮਾਈ ਬਾਪ ਕੌਣ ਸੀ ਹੁਣ ਜੇ 6 ਜ਼ਿਲ੍ਹਿਆਂ ਦੇ ਵਿੱਚ ਸ਼ਰਾਬ ਚੱਲੇ ਜਾਂਦੀ ਤੇ ਵੱਡੀ ਗਿਣਤੀ ਚ ਹੋਣਾ ਸੀ ਦਿਖਾਂਤ ਕਿਉਂਕਿ ਉਹਨੇ ਸ਼ਰਾਬ ਇੰਨੀ ਕੱਢਤੀ ਹੋਣੀ ਆ ਇੰਨੀ ਵੇਚ ਨਹੀਂ ਕਿਉਂਕਿ ਲੋਕ ਸਭਾ ਚੋਂ ਉਹਨਾਂ ਨੇ ਔਰ ਸ਼ਰਾਬ ਤੇ ਪਿੰਡੋਂ ਪਿੰਡ ਵਿਕਦੀ ਆ ਪਿੰਡੋਂ ਪਿੰਡ ਲੋਕਾਂ ਨੂੰ ਵੋਟਰਾਂ ਨੂੰ ਸ਼ਰਾਬ ਦੀਆਂ ਪੇਟੀਆਂ ਦਿੱਤੀਆਂ ਜਾਂਦੀਆਂ ਤੇ ਉਹ ਜਿਹੜੇ ਚੌਧਰੀਆਂ ਜਿਹੜੇ ਪਿੰਡਾਂ ਦੇ ਵਿੱਚ ਚੌਧਰੀ ਨਹੀਂ ਹੁੰਦੇ ਨਾਡੂ ਖਾਂ ਜਿਹੜੇ ਕਹਿੰਦੇ ਕਿ ਮੈਂ 200 ਵੋਟਾਂ ਪਾਉ ਉਹ ਮੈਂ 500 ਵੋਟਾਂ ਉਹਨਾਂ ਦੇ ਘਰਾਂ ਜਾਣੀਆਂ ਸੀ दारू ਉਹਨੇ ਗਾਂ ਫਿਰ ਰਾਤ ਨੂੰ ਜਿਹੜਾ ਵੀ ਵਿਚਾਰਾ ਗਰੀਬ ਬੰਦਾ ਉਹਨੂੰ ਕਿਸੇ ਨੂੰ ਬੋਤਲ ਫੜਾਉਣੀ ਸੀ ਕਿ ਇਹਨੂੰ ਚਾਰ ਘੁੱਟ ਲਵਾ ਦੇਣੇ ਸੀ ਤੇ ਇਹਦੇ ਬਹੁਤ ਵੱਡਾ ਦਿਖਾਂਤ ਹੋਣਾ ਸੀ ਇਹ ਤੇ ਆ ਡਿਡਬੇ ਹਲਕਾ ਜਿਹੜਾ ਹਰਪਾਲ ਸਿੰਘ ਚੀਮਾ ਜਿਹੜੇ ਐਕਸਾਈਜ਼ ਵਿਭਾਗ ਨੇ ਅੱਜ ਵੀ ਉਦੋਂ ਗਏ ਨੇ ਡਰ ਦੇ ਡਰ ਦੇ ਗਏ ਨੇ ਕਿਉਂਕਿ ਮੁੱਖ ਮੰਤਰੀ ਚਲਾ ਗਿਆ ਕਿਉਂਕਿ ਮੁੱਖ ਮੰਤਰੀ ਦੇ ਨਾਲ ਸਿਕਿਉਰਿਟੀ ਇੰਨੀ ਜ਼ਿਆਦਾ ਸੀ ਵਿਚਾਰੇ ਲੋਕ ਬੋਲ ਨਹੀਂ ਸਕੇ ਤੇ ਤੇ ਕਰੇ ਹਰਪਾਲ ਚੀਮਾ ਕਹਿੰਦਾ ਹੋਊਗਾ ਕਿ ਮੇਰਾ ਹਲਕਾ ਮੈਂ ਵੀ ਚਲਾ ਜਾਣਾ ਨਹੀਂ ਤੇ ਉਹ ਡਰ ਰੇ ਸੀ ਪਿਛਲੇ 4 ਦਿਨ ਤੋਂ ਡਰ ਕੇ ਬੈਠੇ ਆਗੇ ਸੀ ਕਿ ਕਿਤੇ ਪੰਗਾ ਨਾ ਪੈ ਜਾਏ ਲੋਕੀ ਵਿਰੋਧ ਘੇਰ ਲੈਣੇ ਤੇ ਜੇ ਵੱਡਾ ਦਿਖਾਟ ਹੋ ਜਾਂਦਾ ਤੇ ਮੈਨੂੰ ਲੱਗਦਾ ਫਿਰ ਮੁੱਖ ਮੰਤਰੀ ਵੀ ਕਿਸੇ ਹਲਕੇ ਚ ਵੜਨ ਜੋਗੇ ਸੀ ਨਹੀਂ ਰਹਿਣੇ ਜੇ ਐਡਾ ਵੱਡਾ ਦਿਖਾਟ ਤੇ ਜੇ ਪੁਲਿਸ ਮੰਦੀ ਆ ਜੇ ਹਰਚੰਦ ਸਿੰਘ ਭੁੱਲਰ ਸਾਹਿਬ ਕਹਿ ਰਹੇ ਨੇ ਕਿ ਇਹ ਲੋਰਡ ਪਹਿਲਾ ਸੀ ਤੇ ਜੇ ਕੀ ਲੋਰਡ ਦੇ ਲੋਰਡ ਚਲੇ ਜਾਂਦੇ ਤੇ ਫਿਰ ਤਾਂ ਬਹੁਤ ਵੱਡਾ ਦਿਖਾਟ ਫਿਰ ਇਹ ਜਿਹੜੇ 92 ਐਮਐਲਏ ਨਾ ਫਿਰ ਇਹਨਾਂ ਨੇ ਡਰਦਿਆਂ ਨੇ ਘਰੋਂ ਬਾਹਰ ਨਹੀਂ ਨੀਸੀ ਨਿਕਲ ਆਗੇ ਇਨਾਂ ਨੂੰ ਘਰੋਂ ਅੰਦਰੋਂ ਤਾਲੇ ਲਾਉਣੇ ਪੈਣੇ ਸੀ ਕਿ ਕਿਤੇ ਲੋਕ ਸਾਨੂੰ ਕੁੱਟਣ ਨਾ ਜਿਹੜਾ 골ਡੀ ਬਰਾੜਾ ਹੈ ਉਹ ਤਾਂ ਚਲੋ ਬਾਹਰ ਬੈਠਾ ਹੈ ਉਹਨੂੰ ਤੇ ਪੁਲਿਸ ਲਿਆਣੀ ਪਾਈ ਇੱਥੇ ਜਿਹੜਾ ਬੰਦਾ ਇੱਥੇ ਬੈਠਾ ਹੈਗਾ ਜਿਹੜਾ ਇਹਦਾ ਕਿੰਗਪੀਨ ਹੈ ਉਹਨੂੰ ਪੁਲਿਸ ਹੱਤ ਕਿਉਂ ਨਹੀਂ ਪਾਰੀ ਹੈਗੀ ਨਹੀਂ ਹੌਲੀ ਹੌਲੀ ਇੱਕ ਐਸੇ ਕਰਕੇ ਦੇ ਡਰਾਮੇ ਹੋ ਗਏ ਨਾ ਹੁਣ ਐਸਆਈਟੀ ਇੱਕ ਦੋ ਕਮੇਟੀਆਂ ਬਣ ਗਈਆਂ ਹੁਣ ਸਵਾਲ ਇਹ ਕਿ ਜਦੋਂ ਕਮੇਟੀਆਂ ਬਣ ਜਾਂਦੀਆਂ ਨੇ ਭੰਬਲ ਪੂਸੇ ਸ਼ੁਰੂ ਹੋ ਜਾਂਦੇ ਹੈਗੇ ਨੇ ਪਰ ਦੇਖਦੇ ਆ ਕਿ ਕਿ ਚੋਣਾ ਨੇ ਮੁੱਖ ਮੰਤਰੀ ਭਗਵੰਤ ਸ마 ਨੇ ਖੁਦ ਲੋਕਾਂ ਨੂੰ ਭਰੋਸਾ ਦਿੱਤਾ ਉਹਨਾਂ ਦਾ ਕਿਉਂਕਿ ਆਪਣਾ ਹਲਕਾ ਉਹਨਾਂ ਦਾ ਆਪਣਾ ਜ਼ਿਲ੍ਹਾ ਹੈਗਾ ਉਹਨਾਂ ਨੇ ਵਾਅਦਾ ਪਾਇਆ ਹੈਗਾ ਕਿ ਮੈਂ ਬੱਚਿਆਂ ਨੂੰ ਮੈਂ ਪੜਾਵਾਂਗਾ ਸਭ ਕੁਝ ਜੋ ਪੋਲੀਟੀਕਲ ਤੌਰ ਤੇ ਜਾਂ ਇੱਕ ਜੋ ਮੁੱਖ ਮੰਤਰੀ ਕਹਿ ਸਕਦਾ ਉਹ ਕਹਿ ਰਹੇ ਨੇ ਪਰ ਉਹ ਸਵਾਲ ਇਸ ਕਰਕੇ ਕਿ ਉਹ ਹੀ ਹੈ ਕਿ ਆਖਿਰ ਜਿਹੜੇ ਬੰਦੇ ਨੇ ਸ਼ਰਾਬ ਬਨਾ ਹੀ ਆ ਜਿਹੜੀ ਹੁਣ ਵੱਖ-ਵੱਖ ਥਿਊਰੀਆਂ ਆ ਰਹੀਆਂ ਵਾ ਉਹਦਾ ਮਾਈ ਬਾਪ ਕੌਣ ਆ ਕਹਿੰਦੇ ਨੇ ਕਿ ਚੋਰ ਨੂੰ ਨਾ ਫੜੋ ਚੋਰ ਦੀ ਮਾਂ ਨੂੰ ਫੜੋ ਹੁਣ ਚੋਰ ਤੇ ਫੜ ਲਿਆ ਚੋਰ ਦੀ ਮਾਂ ਕਿਹੜੀ ਹੈਗੀ ਹੈ ਇਹ ਪੁਲਿਸ ਨੂੰ ਜਿਹੜੇ ਏ ਡੀ ਜੀ ਪੀ ਬਣਾਏ ਨੇ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਨੂੰ ਫੜਨ ਦੀ ਲੋੜ ਆ ਉਸ ਗੁਰਿੰਦਰ ਸਿੰਘ ਢਿੱਲੋਂ ਸਾਹਿਬ ਦੇ ਨਾਲ ਡੀ ਆਈ ਜੀ ਹਰਚੰਦ ਸਿੰਘ ਭੁੱਲਰ ਨੇ ਐਸ ਐਸ ਪੀ ਸੰਗਰੂਰ ਸਰਤਾਜ ਸਿੰਘ ਚਾਲ ਨੇ ਐਕਸਾਈਜ਼ ਵਿਭਾਗ ਦੇ ਡਾਇਰੈਕਟਰ ਜੁਆਇੰਟ ਡਾਇਰੈਕਟਰ ਨਰੇਸ਼ ਦੂਬੇ ਨੇ ਇੱਕ ਅਧੂਰੇ ਪੰਜ ਜਾਣਿਆਂ ਨੇ ਇਹ ਪੰਜ ਜਾਣਿਆਂ ਨੇ ਚੋਰ ਨੂੰ ਨਹੀਂ ਚੋਰ ਦੀ ਮਾਂ ਨੂੰ ਫੜਨਾ ਹੈਗਾ ਤੇ ਜੇ ਚੋਰ ਦੀ ਮਾਂ ਨੂੰ ਫੜ ਗਏ ਤੇ ਫਿਰ ਲੋਕੀ ਭਰੋਸਾ ਕਰਨਗੇ ਪਰ ਜੇ ਚੋਰ ਮਾ ਇਹਨਾਂ ਵਿੱਚੋਂ ਕਿਸੇ ਦੀ ਆਪਣੀ ਨਹੀਂ ਕਿ ਸਰਕਾਰ ਦੇ ਨਾਲ ਹੀ ਕਿਸੇ ਦਾ ਸਬੰਧ ਹੋਇਆ ਤੇ ਫਿਰ ਇਹ ਸਾਰਿਆਂ ਨੂੰ ਬੈਕਫੁੱਟ ਆਉਣਾ ਪਊਗਾ ਫਿਰ ਪੁਲਿਸ ਪਰਦਾ ਪਾਉਣੇ ਸ਼ੁਰੂ ਕਰ ਦੋਗੇ ਲੇਕਿਨ ਇੱਕ ਇਨਸਾਨੀਅਤ ਦੇ ਤੌਰ ਤੇ ਔਰ ਇੱਕ ਜ਼ਿੰਮੇਵਾਰ ਹੋਣ ਦੇ ਨਾਤੇ ਇਹ ਜਿਹੜੇ ਵੀ ਐਸਆਈਟੀ ਬਣੀਆਂ ਇਹਨਾਂ ਨੂੰ ਚਾਹੀਦਾ ਕਿ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਪਹਿਲਾਂ ਵੀ 150 ਦੇ ਕਰੀਬ ਕਾਂਗਰਸ ਸਰਕਾਰ ਵੱਲੇ ਲੋਕ ਮਾਰੇ ਗਏ ਸੀ ਕਿਸੇ ਨੂੰ ਇਨਸਾਫ ਨਹੀਂ ਮਿਲਿਆ ਸੀ ਤੇ ਹੁਣ ਕਿਉਂਕਿ ਤੁਸੀਂ ਇਹ ਬੰਦੇ ਮਾਰ ਕੇ ਤੇ ਬੰਦੇ ਮਰਵਾ ਕੇ ਬਾਅਦ ਚ 5-5 ਲੱਖ ਰੁਪਇਆ ਦੇ ਕੇ ਉਹ ਗੱਲ ਨਹੀਂ ਬੰਦੀ ਜਦ ਤੱਕ ਕਿ ਜਿਹੜੇ ਕਸੂਰਵਾਰ ਲੋਕ ਉਹਨਾਂ ਨੂੰ 302 ਦਾ ਕਦ ਮੈਂ ਦਰਜ ਕੀਤਾ ਉਹ 302 ਦੀ ਮਤਲਬ ਫਾਂਸੀ ਆ ਤੇ ਉਹ ਲੋਕਾਂ ਨੂੰ ਮਿਲਣੀ ਚਾਹੀਦੀ ਤਾਂ ਜੋ ਇੱਕ ਪੰਜਾਬ ਚ ਇੱਕ ਐਗਜ਼ਾਮਪਲ ਸੈੱਟ ਹੋਏਗੇ ਤੇ ਜੇ ਕੱਲ ਨੂੰ ਇਦਾਂ ਦਾ ਹੋਰ ਕੋਈ ਹਿੰਮਤ ਕਰੂਗਾ ਚਾਹੇ ਉਹਦੇ ਉੱਪਰ ਪੋਲੀਟੀਕਲ ਕਿਸੇ ਲੀਡਰ ਦਾ ਹੱਥ ਹੋਵੇ ਵੀ ਮੈਨੂੰ ਮੌਤ ਦੀ ਸਜ਼ਾ ਹੀ ਮਿਲਣੀ ਹੈ ਜੇ ਕਿਸੇ ਦਾ ਘਰ ਉਜੜ ਗਿਆ ਤੇ ਫਿਰ ਉਹ ਤੇ ਲੋਕੀ ਭਗਵੰਤ ਮਾਨ ਸਾਹਿਬ ਨੂੰ ਯਾਦ ਕਰਨਗੇ ਜੇ ਨਾ ਕਰ ਸਕਿਆਗੇ ਤੇ ਫਿਰ ਜਿਵੇਂ ਲੋਕ ਪਿਛਲਿਆਂ ਨੂੰ ਨਿੰਦਦੇ ਹੈਗੇ ਨੇ ਫਿਰ ਇਸ ਸਰਕਾਰ ਨੂੰ ਵੀ ਲੋਕ ਨਿੰਦਿਆ ਕਰਨਗੇ ਚਲੋ ਬਹੁਤ ਬਹੁਤ ਸ਼ੁਕਰੀਆ ਅੱਜ ਅਸੀਂ ਅੱਜ ਦੋ ਮਸਲੇ ਤੇ ਗੱਲ ਕੀਤੀ ਪਹਿਲਾ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਸਾਰੀ ਸਮੁੱਚੀ ਲੀਡਰਸ਼ਿਪ ਦੇ ਨਾਲ 31 ਤਰੀਕ ਨੂੰ ਦਿੱਲੀ ਵਿਖੇ ਧਰਨਾ ਦੇ ਜਾਣ ਜਾ ਰਹੇ ਨੇ ਮਹਾਰਲੀ ਕਰਨ ਜਾ ਰਹੇ ਨੇ ਨਾਲ ਹੀ ਗੱਲ ਕੀਤੀ ਜਿਹੜੇ ਬਾਈ ਮੋਤਾ ਹੋ ਗਿਆ ਨੇ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਡੀਆਈਜੀ ਪੁੱਲਰ ਤੇ ਉਧਰ ਦੇ ਡੀਸੀ ਨੇ ਕੀ ਕਿਹਾ ਇਨਸਾਫ ਕੋਲੋਂ ਤੱਕ ਮਿਲੇਗਾ ਹਾਲਾਂਕਿ 33 44 ਸਾਲ ਤੋਂ ਉਹਦੇ ਇਨਸਾਫ ਮਿਲਿਆ ਨਹੀਂ ਹੈਗਾ ਇਸ ਤੋਂ ਵੀ ਇਨਸਾਫ ਦੀ ਬੜੀ ਉਮੀਦ ਨਹੀਂ ਕੀਤੀ ਜਾ ਸਕਦੀ ਹੈਗੀ ਪ੍ਰੋਗਰਾਮ 16 ਅਨ ਸੱਚ ਦੇ ਵਿੱਚ ਅੱਜ ਇੰਨਾ ਹੀ ਸਾਨੂੰ ਦੋ ਆ ਗਿਆ ਧੰਨਵਾਦ